ਹੈਲੋ एवरीवन वेलकम टू द पीसीएस ਹਬ ਮੈਂ ਹਾਂ ਗਗਨਪ੍ਰੀਤ ਕੌਰ ਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਆ 27 ਫ फेब्रुवारी 2023 ਦਾ ਟ੍ਰਿਬਿਊਨ ਦਾ ਨਿਊਜ਼ਪੇਪਰ ਇਸ ਤੋਂ ਪਹਿਲਾਂ ਆਪਾਂ ਸੈਸ਼ਨ ਸ਼ੁਰੂ ਕਰੀਏ ਮੈਂ ਦੱਸਦਾ ਕਿ ਦੇਖੋ ਇਹ ਸੀਰੀਜ਼ ਡੇਲੀ ਟ੍ਰਿਬਿਊਨ ਨਿਊਜ਼ ਐਨਾਲਿਸਿਸ ਇਹ ਸੀ 10 ਫ फेब्रुवारी 2023 ਤੋਂ ਸ਼ੁਰੂ ਕੀਤੀ ਹੈ ਜਿਸ ਵਿੱਚ ਮੈਂ ਗਗਨਪ੍ਰੀਤ ਕੌਰ ਰੋਜ਼ ਸਵੇਰੇ 10 ਵਜੇ ਤੁਹਾਡੇ ਨਾਲ ਟ੍ਰਿਬਿਊਨ ਨਿਊਜ਼ਪੇਪਰ ਡਿਸਕਸ ਕਰਦੀ ਆ ਮੰਡੇ ਟੂ ਸੈਟਰਡੇ ਲਾਈਵ ਹੁਣ ਏ ਫਿਰ ਮੈਂ ਦੱਸਦਾ ਕਿ ਟ੍ਰਿਬਿਊਨ ਅਸੀਂ ਇਸ ਲਈ ਚੁਸ ਕੀਤਾ ਕਿਉਂਕਿ ਇਸ ਸਾਲ ਕਹਿ ਰਹੇ ਨੇ ਕਿ ਪੰਜਾਬ ਪੀਸੀਐਸ ਦੀ ਨੋਟੀਫਿਕੇਸ਼ਨ ਆਉਣ ਵਾਲੀ ਹੈ ਅਗਲੇ 5-6 ਮਹੀਨੇ ਵਿੱਚ ਤੇ ਪੰਜਾਬ ਪੀਸੀਐਸ ਦੀ ਤਿਆਰੀ ਲਈ ਟ੍ਰਿਬਿਊਨ ਇੱਕ ਬਹੁਤ ਇੰਪੋਰਟੈਂਟ ਨਿਊਜ਼ਪੇਪਰ ਹੈ ਕਿਉਂ ਕਿ ਇਹੀ ਇੱਕ ਇੰਗਲਿਸ਼ ਮੀਡੀਅਮ ਅੱਛਾ ਨਿਊਜ਼ਪੇਪਰ ਹੈ ਜਿਸ ਵਿੱਚ ਤੁਹਾਨੂੰ ਨੈਸ਼ਨਲ ਲੈਵਲ ਪਾਲਿਸੀਜ਼ ਦਾ ਐਨਾਲਿਸਿਸ ਮਿਲਦਾ ਹੈ ਤੇ ਸਟੇਟ ਲੈਵਲ ਪਾਲਿਸੀਜ਼ ਦਾ ਐਨਾਲਿਸਿਸ ਮਿਲਦਾ ਹੈ ਇਸ ਦੇ ਨਾਲ ਨਾਲ ਹੀ ਕਿ ਨੈਸ਼ਨਲ ਲੈਵਲ ਪਾਲਿਸੀਜ਼ ਦਾ ਇੰਪੈਕਟ ਕੀ ਪੈ ਰਿਹਾ ਸਟੇਟ ਤੇ ਪੰਜਾਬ ਤੇ ਫਾਰ ਇਗਜ਼ਾਮਪਲ GST ਜਦੋਂ ਆਇਆ ਸੀਗਾ ਤਾਂ ਉਹਦਾ ਪੰਜਾਬ ਤੇ ਕੀ ਇੰਪੈਕਟ ਪੈ ਰਿਹਾ ਹੈ ਤੁਹਾਨੂੰ ਦ ਹਿੰਦੂ ਯਾ ਇੰਡੀਅਨ ਐਕਸਪ੍ਰੈਸ ਵਿੱਚ ਨਹੀਂ ਐਨਾਲਿਸਿਸ ਮਿਲਿਆ ਸੀਗਾ ਇਹ ਤੁਹਾਨੂੰ ਟ੍ਰਿਬਿਊਨ ਵਿੱਚ ਮਿਲਦਾ ਹੈ ਤੇ ਇਹ ਜੇ ਸਵਾਲ ਪੁੱਛੇ ਜਾਂਦੇ ਨੇ ਮੇਨਸ ਵਿੱਚ ਤੇ ਇੰਟਰਵਿਊ ਵਿੱਚ ਪੰਜਾਬ PCS ਦੇ ਤੇ YouTube ਤੇ ਬਹੁਤ ਘੱਟ ਪਲੈਟਫਾਰਮਸ ਨੇ ਜਿੱਥੇ ਤੁਹਾਨੂੰ ਟ੍ਰਿਬਿਊਨ ਵਰਗੇ ਨਿਊਜ਼ਪੇਪਰ ਦਾ ਜਿਹੜਾ ਪੰਜਾਬ ਸਪੈਸੀਫਿਕ ਖਬਰਾਂ ਕਵਰ ਕਰਦਾ ਹੈ ਉਹਦਾ ਐਨਾਲਿਸਿਸ ਮਿਲੇ ਏਸੀ ਕਮੀ ਏਸੀ ਨੀਡ ਨੂੰ ਫੁੱਲਫਿਲ ਕਰਨ ਲਈ ਅਸੀਂ ਦ PCS ਹੱਬ ਸ਼ੁਰੂ ਕਰ ਸ਼ੁਰੂ ਕੀਤਾ ਹੈ ਅਸੀਂ ਡੇਲੀ ਟ੍ਰਿਬਿਊਨ ਨਿਊਜ਼ ਅਨਾਲਿਸਿਸ ਤੇ ਇਹ ਸੀਗਾ ਇੰਟਰੋਡਕਸ਼ਨ ਹੁਣ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਸੈਸ਼ਨ ਦੇਖੋ ਅੱਜ ਹੈ 27 ਫ फेब्रुवारी 2023 ਤੇ ਅੱਜ ਦੀ ਜਿਹੜੀ ਮੇਨ ਫਰੰਟ ਪੇਜ ਨਿਊਜ਼ ਹੈ ਉਹ ਹੈ ਕਿ ਸੀਬੀਆਈ ਨੇ ਦਿੱਲੀ ਦੇ ਡਿਪਟੀ ਚੀਫ ਮਨਿਸਟਰ ਮਨੀਸ਼ ਸੋਦੀਆ ਨੂੰ 8 ਘੰਟੇ ਦੀ ਪੁੱਛਤਾਛ ਤੋਂ ਬਾਅਦ ਅਰੈਸਟ ਕਰ ਲਿਆ ਹੈ ਹੁਣ ਇਸ 'ਚ ਆਪਣਾ ਜਿਹੜਾ ਟੌਪਿਕ ਬਣਦਾ ਹੈ ਇਹ ਸੀਬੀਆਈ ਤੇ ਬੰਦਾ ਹੈ ਸੀਬੀਆਈ ਦਾ ਕੀ ਰੋਲ ਹੈ ਆਲਰੇਡੀ ਇੱਕ ਸਵਾਲ ਵੀ ਆਇਆ ਸੀਗਾ ਯੂਪੀਐਸਸੀ ਵਿੱਚ 2021 'ਚ ਤੇ ਇੱਕ ਟ੍ਰੈਂਡ ਹੈ ਕੀ ਪੰਜਾਬ ਪੀਸੀਐਸ ਵਿੱਚ ਯੂਪੀਐਸਸੀ ਦੇ ਮੇਨਸ ਦੇ ਪ੍ਰੀਵੀਅਸ ਇਅਰ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਨੇ ਜੇ ਤੁਸੀਂ 2021 ਦਾ ਪੇਪਰ ਚੱਕ ਕੇ ਦੇਖੋਗੇ ਤਾਂ ਤੁਹਾਨੂੰ ਇਹ ਪੈਟਰਨ ਦੇਖਣ ਨੂੰ ਮਿਲੇਗਾ ਤੇ ਇਸ ਲਈ ਸੀਬੀਆਈ ਬਿਕਮਸ ਵੈਰੀ ਇੰਪੋਰਟੈਂਟ ਸੀਬੀਆ ਦਾ ਪਰੋਲ ਦੇਖਾਂਗੇ ਕੀ ਇਹ origin ਹੈ ਕੀ ਮੈਂਡੇਟ ਹੈ ਕੀ ਹਿਸਟਰੀ ਹੈ ਤੇ ਕੀ ਕਮੀਆਂ ਨੇ ਇਸ ਫਿਰ ਸੈਕੰਡ ਇਹ ਦੇਖੋ ਇਹ ਤੁਹਾਡੇ ਪ੍ਰੀਲਿਮਸ ਵਿੱਚ ਵੀ ਆ ਜਾਏਗਾ ਇੰਪੋਰਟੈਂਟ ਪ੍ਰੀਲਿਮਸ ਵਿੱਚ ਇੰਡੀਅਨ ਪੋਲੀਟੀ ਚ ਆ ਗਿਆ ਤੇ ਮੇਨਸ ਵਿੱਚ ਆ ਗਿਆ ਇਹ GS 2 ਚ ਆ ਗਿਆ ਉਹ ਵੀ ਇੰਡੀਅਨ ਪੋਲਿਟੀ ਚ ਆਉਂਦਾ ਹੈ ਤੇ ਸੈਕਿੰਡ ਨਿਊਜ਼ ਆਪਣੀ ਹੈਗੀ ਐ ਨਾਰਥ-ਈਸਟ ਦੇ ਦੋ ਸਟੇਟਾਂ 'ਚ ਕੱਲ ਵੋਟਾਂ ਪਈਆਂ ਨੇ ਇਲੈਕਸ਼ਨ ਹੋਏ ਨੇ ਮੇਘਾਲਿਆ ਤੇ ਮਣੀਪੁਰ ਠੀਕ ਐ ਤੇ ਕੁਝ ਦਿਨਾਂ ਪਹਿਲਾਂ ਤ੍ਰਿਪੁਰਾ ਵਿੱਚ ਇਲੈਕਸ਼ਨ ਹੋਏ ਸੀ ਤਾਂ ਉਦੋਂ ਆਪਾਂ ਸਮਝਿਆ ਸੀ ਕਿ ਤ੍ਰਿਪੁਰਾ ਦੇ ਕੀ ਇਸ਼ੂਸ ਨੇ ਪਾਰਟੀਆਂ ਕੀ ਈਸ਼ੂ ਚੱਕਰੀਆਂ ਨੇ ਅੱਜ ਆਪਾਂ ਦੇਖਾਂਗੇ ਕਿ ਮੇਘਾਲਿਆ ਤੇ ਮਣੀਪੁਰ ਕਿਹੜੇ-ਕਿਹੜੇ ਇਸ਼ੂਸ ਨੇ ਇੱਥੇ ਤੇ ਇਹਦੇ ਨਾਲ ਰਿਲੇਟਡ ਆਪਣੀ ਪੋਲੀਟੀ ਇਹ ਵੀ ਪੋਲੀਟੀ ਨਾਲ ਹੀ ਡਾਇਰੈਕਟ ਲਿੰਕ ਹੁੰਦਾ ਹੈ 6th ਸ਼ੈਡਿਊਲ ਦੀ ਆਪਾਂ ਗੱਲ ਕਰਾਂਗੇ ਤੇ ਆਟੋਨਮਸ ਡਿਸਟ੍ਰਿਕਟ ਕਾਉਂਸੀਲਸ ਤੁਸੀਂ ਲక్ష్ਮੀਕਾਂਤ ਦੀ ਕਿਤਾਬ ਵਿੱਚ ਪੜਿਆ ਹੋਵੇਗਾ ਉਹ ਇੱਥੇ ਆਪਾਂ ਡਿਸਕਸ ਕਰਾਂਗੇ ਪੋਲੀਟੀ ਦਾ ਟੌਪਿਕ ਹੈ 3rd ਆਪਣਾ ਆਂਦਾ ਹੈ ਚੀਤਾ ਦੀ ਕਨਜ਼ਰਵੇਸ਼ਨ ਤੇ ਉਹ ਵੀ ਆਪਾਂ ਟੌਪਿਕ ਕਵਰ ਕੀਤਾ ਸੀ ਅੱਜ ਪੇਜ 7 ਤੇ ਉਹ ਪੜਾਇਆ ਹੈ ਤੇ ਅਗੇਨ ਇਹ ਕਾਫੀ ਇੰਪੋਰਟੈਂਟ ਚੀਜ਼ ਹੈ ਯੂਪੀਐਸਸੀ ਪ੍ਰੀਲਿਮਸ ਦਾ ਮੈਕੈਨੀਆਂ 99.9% ਮੰਨ ਕੇ ਚੱਲੋ ਕਿ ਚੀਤਾ ਤੇ ਕੁਐਸਚਨ ਆਏਗਾ ਹੀ ਆਏਗਾ ਠੀਕ ਹੈ ਕਿਹੜੇ ਪਾਰਕ ਵਿੱਚ ਹੋ ਰਿਹਾ ਚੀਤੇ ਦੀ ਕਿਹੜੀ ਬਰੀਡ ਮੰਗਾਈ ਜਾ ਰਹੀ ਹੈ ਫਲਾਨਾ ਸਭ ਕੁਝ ਆਪਾਂ ਕਵਰ ਕਰਾਂਗੇ ਦੁਬਾਰਾ ਕੁਝ ਦਿਨ ਪਹਿਲਾਂ ਅਸੀਂ ਕਵਰ ਕੀਤਾ ਸੀ ਅੱਜ ਦੁਬਾਰਾ ਕਵਰ ਕਰਾਂਗੇ ਤਾਂ ਕਿ ਤੁਹਾਡਾ ਰਿਵੀਜ਼ਨ ਹੋ ਜਾਏ ਤੇ ਇਸ ਤੋਂ ਬਾਅਦ ਆਪਾਂ ਸੀਬੀਏ ਨਾਲ ਰਿਲੇਟਿਡ ਯੂਪੀਐਸਸੀ ਦੇ ਮੇਨਸ ਵਿੱਚ ਜੋ ਸਵਾਲ ਆਇਆ ਸੀ ਉਹ ਦੇਖਾਂਗੇ 2021 ਵਿੱਚ ਤੇ ਦੇਖਾਂਗੇ ਕਿ ਆਪਾਂ ਉਹਨੂੰ ਐਡਰੈਸ ਕਰ ਪਾਨੇ ਆ ਕਿ ਨਹੀਂ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਫਰਸਟ ਨਿਊਜ਼ ਤੋਂ सीबीआई ਨੇ ਦੇਖੋ सीबीआई ਕਾਫੀ ਟਾਈਮ ਤੋਂ ਮਨੀਸ਼ ਸੋਧਿਆ ਦੇ ਪਿੱਛੇ ਪਈ ਹੋਈ ਸੀ ਉਹਨਾਂ ਦੇ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਤੇ ਫਾਈਨਲੀ ਹੁਣ ਕੱਲ 8 ਘੰਟੇ ਦੀ ਇਨਵੈਸਟੀਗੇਸ਼ਨ ਪੂਛਤਾ ਅੱਜ ਤੋਂ ਬਾਅਦ ਮਨੀਸ਼ ਸੋਧਿਆ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਦੇ ਨਾਲ ਜਿਹੜੀ ਡੇਲੀ ਦੀ ਗਵਰਨਮੈਂਟ ਹੈ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਬਿਕੋਜ਼ ਮਨੀਸ਼ ਸੋਧਿਆ 18 ਪੋਰਟਫੋਲੀਓਜ਼ ਹੈਂਡਲ ਕਰ ਰਹੇ ਸੀਗੇ 18 ਮਿਨਿਸਟਰੀਆਂ ਹੈਂਡਲ ਕਰ ਰਹੀ ਸੀ ਕਿ ਡੈਲੀ ਦੇ ਅੰਦਰ ਜਿਹੜੀ ਆਂਦੀ ਹੈ ਡੈਲੀ ਗਵਰਨਮੈਂਟ ਦੀਆਂ ਤੇ ਉਹ ਹੁਣ 18 ਦੀ 18 ਕੋਈ ਹੋਰ ਕੌਣ ਸੰਭਾਲੇਗਾ ਕਿੰਦਾ ਸੰਭਾਲੇਗਾ ਤਾਂ ਗਵਰਨਮੈਂਟ ਨੂੰ ਇੱਕ ਬਹੁਤ ਵੱਡਾ ਸ਼ੌਕ ਲੱਗਿਆ ਠੀਕ ਹੈ ਹੁਣ ਇਸੇ ਆਪਾਂ ਆਪਣਾ ਜਿਹੜੀ ਕੰਮ ਦੀ ਗੱਲ ਇਹ ਹੈ ਕਿ ਸੀਬੀਆਈ ਦਾ ਕੀ ਰੋਲ ਹੁੰਦਾ ਹੈ ਦੇਖੋ ਸੀਬੀਆਈ ਕੀ ਚੀਜ਼ ਹੈ ਸੀਬੀਆਈ ਫੁੱਲ ਫਾਰਮ ਤੁਹਾਨੂੰ ਪਤਾ ਹੈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਏ ਇੰਡੀਆ ਦੀ ਸਭ ਤੋਂ ਪੀਕ ਐਪੈਕਸ ਸਭ ਤੋਂ ਮੰਨੀ ਹੋਈ ਤੇ ਸਭ ਤੋਂ ਟਾਪ ਲੈਵਲ ਦੀ ਇਹ ਇਨਵੈਸਟੀਗੇਟਿੰਗ ਏਜੰਸੀ ਹੈ ਠੀਕ ਹੈ ਇਹ ਆਂਦੀ ਹੈ ਮਿਨਿਸਟਰੀ ਆਫ ਪਰਸਨਲ ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰੀਵਾਂਸ ਐਂਡ ਪੈਨਸ਼ਨਸ ਮਿਨਿਸਟਰੀ ਪੁੱਛੀ ਜਾ ਸਕਦੀ ਹੈ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ ਹੋਮ ਮਿਨਿਸਟਰੀ ਦੇ ਅੰਡਰ ਨਹੀਂ ਆ ਰਹੀ ਹੈ ਡਿਫੈਂਸ ਦੇ ਅੰਡਰ ਨਹੀਂ ਆ ਰਹੀ ਫਾਈਨੈਂਸ ਦੇ ਅੰਡਰ ਨਹੀਂ ਆ ਰਹੀ ਮਿਨਿਸਟਰੀ ਆਫ ਪਰਸਨਲ ਪਬਲਿਕ ਰਿਵਾਂਸ ਤੇ ਪੈਨਸ਼ਨਸ ਪੀ 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 ਯਾਦ ਰੱਖ ਲੋ ਮਿਨਿਸਟਰੀ ਆਫ ਪੀ 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 ਦੇ ਅੰਡਰ ਸੀਬੀਆਈ ਆਂਦੀ ਹੈ ਭੁੱਲੇਗਾ ਨਹੀਂ ਫਿਰ ਦੇਖੋ ਇਹ ਸੈਟ ਅਪ ਹੋਈ ਸੀ ਬਹੁਤ ਪਹਿਲਾਂ ਸ਼ੁਰੂ ਵਿੱਚ ਜਦੋਂ ਇਹ ਸੈਟ ਅਪ ਹੋਈ ਸੀ ਇਹਦਾ ਜਿਹੜਾ ਦਾਇਰਾ ਸੀਗਾ ਪੁੱਛ ਤੱਛਦਾ ਉਹ ਕਾਫੀ ਲਿਮਿਟਿਡ ਸੀ ਸੈਂਟਰਲ ਗਵਰਨਮੈਂਟ empioyes ਪੀ ਐਸ ਯੂ ਸਰਕਾਰੀ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਉਹ ਇਹਦੀ ਇਨਵੈਸਟੀਗੇਸ਼ਨ ਦੇ ਅੰਡਰ ਆਉਂਦੇ ਆਉਂਦੇ ਸੀ ਜੇ ਕੋਈ ਰਿਸ਼ਕ ਕੋਈ ਰਿਸ਼ਵਤ ਲੈ ਰਹੇ ਨੇ ਕੋਈ ਕਾਰਪਸ਼ਨ ਕਰ ਰਹੇ ਨੇ ਤਾਂ सीबीआई ਡਾਇਰੈਕਟ ਉਹਨਾਂ ਦੀ ਇਨਵੈਸਟੀਗੇਸ਼ਨ ਕਰਦੀ ਸੀ ਤੇ ਅਰੈਸਟ ਕਰ ਸਕਦੀ ਸੀ ਹੌਲੀ ਹੌਲੀ ਤਾਂ ਦਾਇਰਾ ਵਧਾਇਆ ਗਿਆ 1965 ਵਿੱਚ ਤੇ ਕ੍ਰਿਮੀਨਲ ਕੇਸਸ ਅੱਗੇ ਆਪਾਂ ਨੈਕਸਟ ਸਲਾਈਡ ਵਿੱਚ ਦੇਖਾਂਗੇ ਕਿਹੜੇ-ਕਿਹੜੇ ਆਏ ਤੇ सीबीआई ਜਿਹੜੀ ਹੈ ਇਹ ਬੜੀ ਰੈਪਿਊਟਿਡ ਆਰਗੇਨਾਈਜੇਸ਼ਨ ਹੈ ਅਨਲਾਈਕ ED ਦੇਖੋ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੇ ਬਾਰੇ ਆਪਾਂ ਪੜਿਆ ਸੀਗਾ ਠੀਕ ਹੈ ਰੀਸੈਂਟਲੀ ਇਹਨਾਂ ਨੇ ਛਾਪੇ ਮਾਰੇ ਸੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਘਰਾਂ ਵਿੱਚ ਨੈਸ਼ਨਲ ਹੈਰਾਲਡ ਨਿਊਜ਼ਪੇਪਰ ਨਾਲ ਰਿਲੇਟਡ ਤੇ ਰੀਸੈਂਟਲੀ ਛੱਤੀਸਗੜ੍ਹ ਵਿੱਚ ਵੀ ਜਿਹੜੀ ਕਾਂਗਰਸ ਦੀ ਪਲੇਨਰੀ ਮੀਟਿੰਗ ਹੋਣੀ ਸੀ ਜਿਸ ਵਿੱਚ ਸਾਰੇ ਇਹਨਾਂ ਦੇ ਵਰਕਰਸ ਦੀ ਅਟੈਂਡੈਂਸ ਜ਼ਰੂਰੀ ਹੁੰਦੀ ਹੈ ਜਿਹੜੇ ਵੀ ਲੀਡਰਸ ਨੇ ਕਾਂਗਰਸ ਉੱਥੇ ਕਾਂਗਰਸ ਲੀਡਰਸ ਦੇ ਪ੍ਰੈਮਿਸਿਸ ਦੇ ਉਹਨਾਂ ਦੇ ਘਰਾਂ ਵਿੱਚ ਛਾਪੇ ਪਈ ਸੀਗੇ ਤਾਂ ਈਡੀ ਵਾਸ ਇਨ ਨਿਊਜ਼ ਅਲਰਟ ਈਵਨ ਆਰਿਆਨ ਖਾਨ ਦੇ ਕੇਸ ਵਿੱਚ ਵੀ ਇਹ ਨਿਊਜ਼ ਸੀਗੀ ਜੋ ਸ਼ਾਹਰੂਖ ਖਾਨ ਦੇ ਬੇਟੇ ਜਿਹੜੇ ਨੇ ਡਰੱਗਸ ਦੇ ਕੇਸ ਵਿੱਚ ਤੇ ਸੌਰੀ ਉਹ ਥੈਟ ਵਾਸ NIA ED ਨਹੀਂ ਸੀਗੀ ਤਾਂ ਈਡੀ ਡੀਲਸ ਵਿਦ ਇਕਨੋਮਿਕ ਕੇਸਿਸ ਮੇਨਲੀ ਇਕਨੋਮਿਕ ਕ੍ਰਾਈਮਸ ਤਾਂ ਈਡੀ ਦਾ ਆਪਾਂ ਦੇਖਿਆ ਸੀਗਾ ਜਿਹੜਾ ਕ੍ਰਿਟਿਕ ਕ੍ਰਿਟਿਸਾਈਜ਼ ਕ੍ਰਿਟਿਸਿਜ਼ਮ ਸੀਗਾ ਕਿ ਇਹਦਾ ਜਿਹੜਾ ਕਨਵਿਕਸ਼ਨ ਰੇਟ ਹੈ ਦੈਟ ਇਜ਼ ਓਨਲੀ 0.5% ਬਟ ਅਨਲਾਈਕ ਈਡੀ ਸੀਬੀਆਈ ਇਜ਼ ਵੈਰੀ ਰੈਪਿਊਟਿਡ ਇਹਦਾ ਜਿਹੜਾ ਕਨਵਿਕਸ਼ਨ ਰੇਟ ਹੈ ਉਹ ਹੈਗਾ ਹੈ 65 ਟੂ 70% 65 ਤੋਂ ਕਨਵਿਕਸ਼ਨ ਰੇਟ ਕਹਿੰਦਾ ਇਹ ਮਤਲਬ ਹੈ ਕਿ ਜਿਹੜੇ ਵੀ ਕੇਸਿਸ ਪੁੱਛਤਾਚ ਕਰਨ ਤੋਂ ਬਾਅਦ ਜਦੋਂ ਨੂੰ ਲੱਗਦਾ ਹੈ ਕਿ ਕੇਸ ਸਟਰੋਂਗ ਹੈ ਕੇਸ ਕੀਤਾ ਜਾਵੇ ਕੇਸ ਜਦੋਂ ਹੁੰਦਾ ਹੈ ਕੇਸ ਦੀ ਇਨਵੈਸਟੀਗੇਸ਼ਨ ਹੋਈ ਤਾਂ ਜਿਹੜੇ ਜਿਹੜੇ ਕੇਸਿਸ ਲਏ ਇਹਨਾਂ ਨੇ ਉਹ ਚ ਵਿੱਚ ਪੈਨ ਤੋਂ 70% ਜਿਹੜੇ ਕੇਸ ਸੀਗੇ ਉਹ ਚ ਮੁਜਰੀਮ ਉਹ ਪ੍ਰੂਵ ਹੋਇਆ ਤੇ ਉਹਨੂੰ ਸਜ਼ਾ ਮਿਲੀ ਠੀਕ ਹੈ ਇਹ ਇਹ ਕਹਿੰਦਾ ਤੁਸੀਂ ਇਸ ਤਰੀਕੇ ਨਾਲ ਵੀ ਦੇਖ ਸਕਦੇ ਹੋ ਕਿ ਇਹਨਾਂ ਨੇ ਫਰਜੀ ਜਾਲੀ ਕੇਸ ਨਹੀਂ ਲਏ ਜਿਵੇਂ ਈਡੀ ਵਿੱਚ ਦੇਖਿਆ ਸੀਗਾ ਕਿ ਕੇਸਿਸ ਤਾਂ ਬਹੁਤ ਪੈਂਦੇ ਆ ਬਟ ਜਦੋਂ ਇਨਵੈਸਟੀਗੇਸ਼ਨ ਟ੍ਰਾਇਲਸ ਦਿੰਨੇ ਸਾਲਾਂ-ਸਾਲ ਤਾਂ ਫਾਈਨਲੀ ਸਜ਼ਾ ਸਿਰਫ ਉਹਨਾਂ 'ਚ 0.5% ਲੋਕਾਂ ਨੂੰ ਹੋ ਰਹੀ ਸੀ ਬਾਕੀ ਛੁੱਟ ਗਏ ਸੀ ਉਹਨਾਂ ਦੇ ਅਗੇਂਸਟ ਕੋਈ ਸਬੂਤ ਨਹੀਂ ਸੀ ਈਡੀ ਪ੍ਰੂਫ ਨਹੀਂ ਕਰ ਪਾਈ ਸੀ सीबीआई ਦੇ ਕੇਸ ਵਿੱਚ ਇਹ ਹਜਾ ਨਹੀਂ ਹੈ ਜਿੰਨੇ ਵੀ ਕਿਸੇ ਇਹਨਾਂ ਨੇ ਲਏ ਨੇ ਚੱਕੇ ਨੇ ਉਹ ਇਹਨਾਂ ਨੇ ਪ੍ਰੂਫ ਕੀਤੇ ਨੇ ਜਿੱਤੇ ਨੇ ਤੇ 65 ਤੋਂ 70% ਲੋਕਾਂ ਨੂੰ ਸਜ਼ਾ ਹੋਈ ਹੈ ਤਾਂ ਇਟਸ ਅ ਵੈਰੀ ਵੈਰੀ ਗੁੱਡ ਨੰਬਰ ਤੇ ਇਸ ਲਈ सीबीआई ਜਿਹੜੀ ਹੈ ਦੁਨੀਆ ਦੀ ਸਭ ਤੋਂ ਬੈਸਟ ਇਨਵੈਸਟੀਗੇਸ਼ਨ ਏਜੰਸੀਜ਼ ਵਿੱਚ ਮੰਨੀ ਜਾਂਦੀ ਹੈ ਏ ਆਪਾਂ ਨੂੰ ਕਲੀਅਰ ਹੋ ਗਿਆ ਹੁਣ ਦੇਖੋ सीबीआई ਜਿਹੜੀ ਹੈ ਆਲਦੋ ਇੰਨੀ ਮੰਨੀ ਜਾਂਦੀ ਹੈ ਬਟ ਏ ਨਾ ਇਟ ਇਜ਼ ਨਾਟ ਅ ਸਟੈਚਿਊਟਰੀ ਬੋਡੀ ਸਟੈਚਿਊਟਰੀ ਬੋਡੀ ਦੇਖੋ ਆਪਾਂ ਪੜਿਆ ਹੈ ਸਟੈਚਿਊਟਰੀ ਹੁੰਦੀ ਬੋਡੀਆਂ ਤੇ ਨਾਨ ਸਟੈਚਿਊਟਰੀ ਬੋਡੀਆਂ ਹੁੰਦੀਆਂ ਨੇ ਸਟੈਚਿਊਟਰੀ ਬੋਡੀਆਂ ਉਹ ਹੁੰਦੀਆਂ ਨੇ ਜਿਹੜੀ ਕਿਸੇ ਲਾਅ ਵਿੱਚ ਉਹਦਾ ਜ਼ਿਕਰ ਕੀਤਾ ਗਿਆ ਹੈ ਕਿਸੇ ਲਾਅ ਵਿੱਚ ਦੱਸਿਆ ਗਿਆ ਹੈ ਕਿ ਇਹ ਜੀ ਇੱਕ ਆਰਗੇਨਾਈਜੇਸ਼ਨ ਬਣੇਗੀ ਉਹਦਾ ਇਹ ਕੰਮ ਹੋਏਗਾ ਇਹ ਪਾਵਰਸ ਹੋਣਗੀਆਂ ਠੀਕ ਹੈ ਹੈ ਜੀ ਕੋਈ ਐਕਟ ਨਹੀਂ ਬਣਾਇਆ ਐ ਜੇ ਤੋ ਐਕਟ ਦੇ ਅੰਦਰ ਕੋਈ ਆਰਗੇਨਾਈਜੇਸ਼ਨ ਬਣਦੀ ਹੈ ਕੋਈ ਬਾਡੀ ਬਣਦੀ ਹੈ ਤਾਂ ਉਹਦੀ ਡਿਸੀਜਨ 메ਕਿੰਗ ਵੀ ਉਸ ਚ ਹੀ ਲਿਖੀ ਹੁੰਦੀ ਹੈ ਕਿ ਇਹਦੀ ਇੰਡੀਪੈਂਡੈਂਟ ਡਿਸੀਜਨ 메ਕਿੰਗ ਹੈ ਇਹਨੇ 메ਕਿੰਗ ਹੈ ਇਹਨੇ ਕਿਸੇ ਉੱਪਰ ਬੰਦੇ ਨੂੰ ਕਿਸੇ ਸਰਕਾਰੀ ਬੰਦੇ ਨੂੰ ਅੱਗੇ ਕਿਸੇ ਪੋਲੀਟੀਸ਼ੀਅਨ ਨੂੰ ਰਿਪੋਰਟ ਨਹੀਂ ਕਰਨਾ ਹੈ ਤਾਂ ਸਟੈਚੂਟਰੀ ਬਾਡੀ ਉਹਨਾਂ ਦੀ ਡਿਸੀਜਨ 메ਕਿੰਗ ਬਹੁਤ ਇੰਡੀਪੈਂਡੈਂਟ ਹੁੰਦੀ ਹੈ ਆਟੋਨਮਸ ਡਿਸੀਜਨ 메ਕਿੰਗ ਕਿਸੇ ਦੇ ਅੰਡਰ ਨਹੀਂ ਹੁੰਦੇ ਤਾਂ ਇਸ ਲਈ ਉਹ ਜ਼ਿਆਦਾ ਰੈਪਿਊਟਡ ਹੁੰਦੀਆਂ ਨੇ ਠੀਕ ਹੈ ਸੀਬੀਆਈ ਰੈਪਿਊਟਿਡ ਹੈ ਬਟ ਇਟ ਇਜ਼ ਨਾਟ ਅ ਸਟੈਚਿਊਟਰੀ ਬੋਡੀ ਯਾਦ ਰੱਖਣਾ ਇਹ ਸਿੱਧਾ ਸਰਕਾਰ ਜਿਹੜੀ ਵੀ ਸਰਕਾਰ ਅੱਜ ਦੀ ਹੈ ਸੈਂਟਰ ਵਿੱਚ ਉਹਦੇ ਅੰਡਰ ਕੰਮ ਕਰਦੀ ਹੈ ਉਹਦੇ ਡਿਸੀਜਨ ਇਹਨਾਂ ਨੂੰ ਮੰਨਨੇ ਪੈਂਦੇ ਆ ਠੀਕ ਹੈ ਤੇ ਬਟ ਆਲਥੋ ਇਟ ਇਜ਼ ਨਾਟ ਅ ਸਟੈਚਿਊਟਰੀ ਬੋਡੀ ਕਿਸੇ ਐਕਟ ਦੇ ਅੰਡਰ ਨਹੀਂ ਆਂਦੀ ਹੈ ਬਟ ਇੱਕ ਐਕਟ ਹੈ ਜੀਤੋਂ ਇਹ ਕੁਝ ਆਪਣੀ ਪਾਵਰਸ ਜਿਹੜੀ ਇਹਨਾਂ ਨੂੰ ਮਿਲੀਆਂ ਨੇ ਜਿਹੜਾ ਤਾਂ ਦਾਇਰਾ ਵਧਿਆ ਹੈ 1965 ਵਿੱਚ ਤਾਂ ਉਹ ਜਿਹੜੇ ਪਾਵਰਸ ਨੇ ਉਹ ਇਹ ਐਕਟ ਵਿੱਚੋਂ ਇਹ ਡਿਰਾਈਵ ਕਰਦੀ ਹੈ ਲੈਂਦੀ ਹੈ ਕਿਉਂਕਿ ਕਿਉਂਕਿ ਇਹ ਗਵਰਨਮੈਂਟ ਏਜੰਸੀ ਹੈ ਤਾਂ ਇਹਦੀ ਪਾਵਰਸ ਕਿਤੇ ਡਿਫਾਈਨਡ ਨਹੀਂ ਹੈ ਤਾਂ ਮੋਟਾ-ਮੋਟਾ ਇਹ ਵਾਲੇ ਐਕਟ ਨੂੰ ਇਹ ਫੋਲੋ ਕਰਦੀ ਹੈ ਡੇਲੀ ਸਪੈਸ਼ਲ ਪੁਲਿਸ ਇਸਟੈਬਲਿਸ਼ਮੈਂਟ ਐਕਟ ਡੀਐਸਪੀਈ ਐਕਟ ਕਹਿੰਦੇ 1946 ਦਾ ਐਕਟ ਹੈ ਤਾਂ ਇਹਦੇ ਅੰਡਰ ਆਂਦਾ ਹੈ ਇਹ ਐਕਟ ਤੁਸੀਂ ਯਾਦ ਰੱਖਣਾ ਹੈ ਤੁਹਾਨੂੰ ਇੰਟਰਵਿਊ ਵਿੱਚ ਜਾਂ ਮੇਨ ਵਿੱਚ ਮੇਨਸ ਵਿੱਚ ਸੀਬੀਆ ਦਾ ਜਿਹੜਾ ਸਵਾਲ ਆਏਗਾ ਸਭ ਤੋਂ ਪਹਿਲੀ ਲਾਈਨ ਤੁਸੀਂ ਇਹੀ ਲਿਖਣੀ ਹੈ ਕਿ ਡੇਲੀ ਕੇ ਸੀਬੀਆਏ ਡਿਰਾਈਵਸ ਇਟਸ ਪਾਰਟਸ ਫਰਮ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 46 ਦੇਖ ਲਓ ਇੰਡੀਪੈਂਡੈਂਸ ਤੋਂ ਪਹਿਲਾਂ ਦਾ ਸਾਲ ਹੈ ਠੀਕ ਹੈ ਇਹ ਯਾਦ ਰੱਖਣਾ ਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਕਮੇਟੀ ਹੈ ਜਿਹੜੀ ਕਮੇਟੀ ਨੇ ਅੱਗੇ ਇਹਦੀ ਪਾਵਰਸ ਐਕਸਪੈਂਡ ਕਰਨ ਲਈ ਰეკਮੈਂਡੇਸ਼ਨ ਦਿੱਤੀਆਂ ਸੀ ਦੇਖੋ ਪਹਿਲਾਂ ਤੁਹਾਨੂੰ ਕਿਹਾ ਕਿ ਸਿਰਫ ਇਹ ਬ੍ਰਾਈਬਰੀ ਜਾਂ ਕਰਪਸ਼ਨ ਦੇ ਛੋਟੇ ਮੋਟੇ ਜੇ ਸੈਂਟਰਲ ਏਮਪਲੋਇਜ਼ ਹੈ ਉਹਨਾਂ ਦੇ ਕੇਸ ਦੇਖਦੀ ਸੀ ਸੰਥਾਨਨ ਕਮੇਟੀ ਦਾ ਨਾਮ ਜ਼ਰੂਰ ਤੁਹਾਡੇ ਆਨਸਰ ਵਿੱਚ ਆਣਾ ਚਾਹੀਦਾ ਹੈ ਸੰਥਾਨਨ ਕਮੇਟੀ ਨੇ ਕਿਆ ਸੀਗਾ ਅ ਪ੍ਰੀਵੈਂਸ਼ਨ ਆਫ ਕਰਾਪਸ਼ਨ ਤੇ ਬੈਠੀ ਸੀ ਇਹ ਕਮੇਟੀ ਦੇ ਇਹਨਾਂ ਨੇ ਇਹ ਕਿਆ ਸੀਗਾ ਕਿ ਹਾਂ सीबीआई ਦੀ ਪਾਵਰਸ ਵਧਾਓ ਠੀਕ ਹੈ ਫੇਰ ਇਹ ਹੈ ਕਿ ਜਦੋਂ ਦਾਇਰਾ ਵਧਾਇਆ ਗਿਆ ਠੀਕ ਹੈ ਕਮੇਟੀ ਨੇ ਰეკਮੈਂਡੇਸ਼ਨ ਦਿੱਤੀ ਦਾਇਰਾ ਵਧਾਇਆ ਗਿਆ ਤਾਂ ਕਿਹੜੇ-ਕਿਹੜੇ ਕੇਸਿਸ ਆਏ ਤਾਂ ਬਹੁਤ ਸਾਰੇ ਜਿਹੜੇ ਸੀਰੀਅਸ ਕ੍ਰਿਮੀਨਲ ਕੇਸਿਸ ਹੁੰਦੇ ਨੇ ਉਹ ਵੀ ਇਹਦੇ ਅੰਡਰ ਆਇਆ ਪਹਿਲਾਂ ਇਹ ਸਿਰਫ ਕਰਪਸ਼ਨ ਜਾਂ ਬ੍ਰਾਈਬਰੀ ਡੀਲ ਕਰ ਰਹੀ ਸੀ ਫੇਰ ਇਹ ਡੀਲ ਕਰਨ ਲੱਗ ਗਈ ਹਾਈਜੈਕਿੰਗ ਕਿਡਨੈਪਿੰਗ ਮਰਡਰ ਅਸੈਸੀਨੇਸ਼ਨ ਜਿਹੜਾ ਕੇਸ ਸੀਗਾ ਆਰੁਸ਼ੀ ਤਲਵਾਰ ਡਬਲ ਮਰਡਰ ਕੇਸ ਨੌਇਡਾ ਦਾ ਜਿੱਤੇ ਇੱਕ ਡਾਕੂਮੈਂਟਰੀ ਵੀ ਬਣੀ ਹੈ Netflix ਤੇ ਉਹ ਜਿਹੜਾ ਮਰਡਰ ਸੀ ਉਹਦੀ ਇਨਵੈਸਟੀਗੇਸ਼ਨ ਵੀ CBI ਨੇ ਕੀਤੀ ਸੀ ਠੀਕ ਹੈ ਤਾਂ ਫਿਰ ਇਹਦਾ ਦਾਇਰਾ ਬਧਾਇਆ ਗਿਆ ਤੇ ਹੁਣ ਅਜੇ ਤਰੀਕ ਵਿੱਚ ਨਾਟ ਜਸਟ ਇਕਨੋਮਿਕ ਕ੍ਰਾਈਮਸ ਨਾਟ ਜਸਟ ਪੀਐਸਯੂ ਜਾਂ ਗਵਰਨਮੈਂਟ ਏਮਪਲੋਇਸ ਰਿਲੇਟਡ ਬਟ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕ੍ਰਿਮੀਨਲ ਕੇਸ ਹੈ ਸੀਰੀਅਸ ਸੰਗੀਨ ਕ੍ਰਿਮੀਨਲ ਕੇਸ ਹੈ ਉਹ ਵੀ ਸੀਬੀਆਈ ਡੀਲ ਕਰਦੀ ਹੈ ਹੁਣ ਦੇਖੋ ਥੋੜਾ ਪਾ ਕੈਟਾਗਰਾਈਜੇਸ਼ਨ ਕੀਤੀ ਹੈ ਮੈਂ ਕਿ ਕਿਹ ਜੇ ਕਿਹ ਜੇ ਕੇਸ ਸੀਬੀਆਈ ਦੇਖਦੀ ਹੈ ਫਰਸਟ ਤਾਂ ਹੈ ਦੇਖੋ ਕਰਪਸ਼ਨ ਕੇਸ ਜਿਹਦੇ ਇਹਨੂੰ ਪਹਿਲਾਂ ਹੀ ਮੈਂਡੇਟ ਸੀਗਾ ਇਹ ਕਰਪਸ਼ਨ ਕੇਸ ਆਂਦੇ ਹੈ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਜਿਹੜਾ ਕਿ ਆਪਾਂ ਜੀਐਸ 4 ਵਿੱਚ ਵੀ ਕਾਫੀ ਪੜਦੇ ਆ ਮੇਨਸ ਦੇ ਠੀਕ ਹੈ ਕਿ ਕ腐ਸ਼ਨ ਐਕ ਕ腐ਸ਼ਨ ਤੇ ਕਿਹੜਾ ਐਕਟ ਬਣਿਆ ਹੋਇਆ ਹੈ ਇਹ ਬਣਿਆ ਤਾਂ ਇੱਕ ਤਾਂ ਪ੍ਰੀਵੈਂਸ਼ਨ ਆਫ ਕ腐ਸ਼ਨ ਐਕਟ ਹੈ ਉਹਦੇ ਅੰਡਰ ਜਿਹੜੇ ਕ腐ਸ਼ਨ ਕ੍ਰਾਈਮਸ ਨੇ ਉਹ ਦੇਖਦੀ ਹੈ ਇਕਨੋਮਿਕ ਕ੍ਰਾਈਮਸ ਦੇਖਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਸਪੈਸ਼ਲ ਕ੍ਰਾਈਮਸ ਦੇਖੋ ਇੰਡੀਅਨ ਪੀਨਲ ਕੋਡ ਤੁਹਾਨੂੰ ਪਤਾ ਹੈ ਆਈਪੀਸੀ ਆਈਪੀਸੀ ਦੇ ਅੰਡਰ ਜਿੰਨੇ ਵੀ ਕੇਸ ਬਣਦੇ ਨੇ ਉਹ ਵੀ ਸੀਬੀਆਈ ਦੇਖ ਸਕਦੀ ਹੈ ਠੀਕ ਹੈ ਫੇਰ ਦੇਖੋ ਸੂਓ ਮੋਟੋ ਕੇਸ ਹੁਣ ਇਹ ਤੇ ਸਵਾਲ ਆਇਆ ਇਸੇ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਦੀ ਆਂ ਸਵਾਲ ਆਪਾਂ ਬਾਅਦ ਵਿੱਚ ਦੇਖਦੇ ਆਂ ਪਹਿਲਾਂ ਆਪਾਂ ਸੂਓ ਮੋਟੋ ਕੇਸ ਦੇਖਦੇ ਆਂ ਕਿ ਇਹਦਾ ਕੀ ਮਤਲਬ ਹੁੰਦਾ ਹੈ ਸੂਓ ਮੋਟੋ ਮਤਲਬ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਆਪ ਹੀ ਕੇਸ ਚੱਕ ਲੇ ਸੈਂਟਰ ਨੇ ਨਹੀਂ ਕਿਹਾ ਸਟੇਟ ਨੇ ਨਹੀਂ ਕਿਹਾ ਕਿਸੇ ਹੋਰ ਏਜੰਸੀ ਨੇ ਨਹੀਂ ਕਿਹਾ ਸਿੱਧਾ ਸੀਬਾਏ ਖੁਦ ਚੱਕਦੀ ਆ ਆਪਣਾ ਕੇਸ ਜੇ ਉਹਨੂੰ ਲੱਗਦਾ ਹੈ ਕਿ ਇਹ ਕੇਸ ਗਲਤ ਹੋਇਆ ਚੱਕਣ ਵਾਲਾ ਹੈ ਤਾਂ ਦੇਖੋ ਯੂਟੀ ਦੇ ਕੇਸ ਵਿੱਚ ਸੋ ਮੋਟੂ ਵਾਲੀ ਕੰਡੀਸ਼ਨ ਲਾਗੂ ਹੁੰਦੀ ਹੈ ਜੇ ਯੂਟੀ ਵਿੱਚ ਕੋਈ ਹਜਾ ਕਰਾਇਮ ਆਇਆ ਹੈ ਜਿਹੜਾ ਸੀਬੀਆਈ ਦੇ ਦਾਇਰੇ ਵਿੱਚ ਹੈ ਤਾਂ ਇਹ ਖੁਦ ਹੀ ਚੱਕਲੇਗੀ ਕੇਸ ਤੇ ਸੈਕੰਡ ਕੇਸ ਹੈ ਸਟੇਟਸ ਦਾ ਹੁਣ ਸਟੇਟ ਵਿੱਚ ਨਹੀਂ ਅਪਲਾਈ ਹੁੰਦਾ ਸੋ ਮੋਟੋ ਸਟੇਟ ਵਿੱਚ ਜੇ ਕੋਈ ਇਨਵੈਸਟੀਗੇਸ਼ਨ ਸੀਬੀਆਈ ਨੇ ਕਰਦੀ ਹੈ ਤਾਂ ਸਟੇਟ ਦਾ ਕੰਸੈਂਟ ਲੈਣਾ ਪਏਗਾ ਸੇ ਸਟੇਟ ਜਦੋਂ ਕ ਆਪਣੀ ਮਨਜ਼ੂਰੀ ਨਹੀਂ ਦੇਗਾ ਕੰਸੈਂਟ ਮਤਲਬ ਮਨਜ਼ੂਰੀ ਨਹੀਂ ਦੇਗਾ ਪ੍ਰੂਵਲ ਅਪਰੂਵਲ ਨਹੀਂ ਦੇਗਾ ਪਰਮਿਸ਼ਨ ਨਹੀਂ ਦੇਗਾ ਉਦੋਂ ਤੱਕ सीबीआई ਸਟੇਟ ਉਸ ਪਾਰਟਿਕੂਲਰ ਸਟੇਟ ਵਿੱਚ ਕੇਸ ਨਹੀਂ ਕਰ ਸਕਦੀ ਤੇ ਇਹੀ ਕਲੋਜ਼ ਤੇ ਸਵਾਲ ਆਇਆ ਸੀਗਾ 2021 ਵਿੱਚ ਕਿ ਜਿਹੜੀ ਸਟੇਟ ਮਨਾ ਕਰ ਦਿੰਦੀ ਹੈ ਸੀਬੀਏ ਨੂੰ ਇਨਵੈਸਟੀਗੇਸ਼ਨ ਕਰਨ ਤੋਂ ਤਾਂ ਕੀ ਉਹ ਪਾਵਰ ਐਬਸੋਲਿਊਟ ਹੈ ਐਬਸੋਲਿਊਟ ਮਤਲਬ ਕਿ ਹਰ ਕੇਸ ਵਿੱਚ ਸਟੇਟ ਮਨਾ ਕਰ ਸਕਦੀ ਹੈ ਜਾਂ ਕੁਝ ਇਹੋ ਜਿਹੇ ਕੇਸ ਜਿੱਥੇ ਸਟੇਟ ਨਹੀਂ ਮਨਾ ਕਰ ਸਕਦੀ ਇੱਕ ਇਸ਼ੂ ਉੱਠਿਆ ਸੀਗਾ ਤੇ ਤਾਂ ਕਾਫੀ ਸਾਰੇ 7-8 ਸਟੇਟਸ ਨੇ सीबीआई ਨੂੰ ਮਨਾਂ ਕਰਤਾ ਸੀਗਾ ਐਂਡ ਸਭ ਤੋਂ ਜਿਹੜਾ ਫੇਮਸ ਐਗਜ਼ੈਂਪਲ ਆਇਆ ਸੀਗਾ ਵੈਸਟ ਬੰਗਾਲ ਦਾ ਕੇਸ ਸੀਗਾ ਕਿ सीबीआई ਵਾਂਟਡ ਟੂ ਇਨਵੈਸਟੀਗੇਟ ਵੈਸਟ ਬੰਗਾਲ ਦਾ ਕੇਸ ਬਟ ਉਹਨਾਂ ਦੇ ਸੀਐਮ ਜਿਹੜੀ ਹੈ ਮਮਤਾ ਬੇਨਰਜੀ ਉਹਨਾਂ ਨੇ ਮਨਾਂ ਕਰਤਾ ਸੀਗਾ ਕਿ ਨਹੀਂ ਤਾਂ ਬੜਾ ਕੰਟਰੋਵਰਸ਼ੀਅਲ ਜਿਹੜਾ ਟੌਪਿਕ ਬਣ ਗਿਆ ਸੀਗਾ ਥਰਡ ਜਿਹੜਾ ਹੈ ਆਪਣਾ ਕੇਸ ਉਹ ਹੈ ਕਿ ਜੇ ਆਪਣਾ ਸੁਪਰੀਮ ਕੋਰਟ સુપ્રીમ કોર્ટ ਯਾ ਹਾਈ ਕੋਰਟ ਦੇਖੋ ਇਹ ਸੀਗੀ ਐクセਪਸ਼ਨ ਇਹ ਤੁਹਾਡੇ ਆਨਸਰ ਵਿੱਚ ਆਉਣਾ ਚਾਹੀਦਾ ਸੀ ਕਿ ਜਦੋਂ ਸੁਪਰੀਮ ਕੋਰਟ ਯਾ ਹਾਈ ਕੋਰਟ ਸੀਬੀਆਈ ਨੂੰ ਕੋਈ ਕੇਸ ਦੇ ਦੇ ਮੰਨ ਲਓ ਸੁਪਰੀਮ ਕੋਰਟ ਚ ਕੋਈ ਕੇਸ ਚੱਲ ਰਿਹਾ ਬਹੁਤ ਸੰਗੀਨ ਬਹੁਤ ਸੀਰੀਅਸ ਕੇਸ ਹੈ ਤੇ ਸੁਪਰੀਮ ਕੋਰਟ ਨੂੰ ਲੱਗਦਾ ਹੈ ਕਿ ਇਹ ਸੀਬੀਆਈ ਇਹਦੀ ਇਨਵੈਸਟੀਗੇਸ਼ਨ ਕਰੇ ਠੀਕ ਹੈ ਜਿਵੇਂ ਤੁਹਾਨੂੰ ਯਾਦ ਹੈ ਕਿ ਜਿਹੜੇ ਕਾਫੀ ਸਾਰੇ ਰੇਪ ਕੇਸ ਹੋਏ ਸੀਗੇ ਉਨਾਉ ਰੇਪ ਕੇਸ ਹੋਇਆ ਸੀਗਾ ਤਾਂ ਉਹਦੀ ਡਿਮਾਂਡ ਉੱਠੀ ਸੀ ਕਿ ਇਹ ਕੇਸ CBI ਲਵੇ ਕਥੂਆ ਰੇਪ ਕੇਸ ਹੀਗਾ ਤਾਂ ਕਿ ਆਰਸੀ ਕਿ CBI ਇਨਵੈਸਟੀਗੇਟ ਕਰੇ ਕਿਉਂਕਿ ਸਾਨੂੰ ਸਟੇਟ ਪੁਲਿਸ ਤੇ ਭਰੋਸਾ ਨਹੀਂ ਹੈ ਕਿਉਂਕਿ ਉਹਨਾਂ ਨੂੰ ਸੀਗਾ ਕਿ ਸਟੇਟ ਇਟਸੈਲਫ ਇਜ਼ ਇਨਵੋਲਡ ਇਨ ਥੀਸ ਕਾਈਂਡ ਆਫ ਕਰਾਈਮਸ ਤਾਂ ਜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਕਹਿੰਦੀ ਹੈ CBI ਨੂੰ ਕਿ ਬਈ ਇਹ ਕੇਸ ਉਸ ਚੱਕਣਾ ਹੈ ਤਾਂ ਕੋਈ ਨਹੀਂ ਨਾ ਸੈਂਟਰ ਰੋਕ ਸਕਦਾ ਹੈ ਨਾ ਹੀ ਸਟੇਟ ਰੋਕ ਸਕਦਾ ਹੈ ਕੰਟਰੀ ਦੇ ਇੰਡੀਆ ਦੇ ਕਿਸੇ ਵੀ ਪਾਰਟ सीबीआई ਇਨਵੈਸਟੀਗੇਸ਼ਨ ਕਰ ਸਕਦੀ ਹੈ ਉਹ ਕੇਸ ਨਾਲ ਰਿਲੇਟਡ ਠੀਕ ਹੈ ਤਾਂ ਇਹ ਸੀਗੀ ਤੁਸੀਂ ਕਹਿ ਸਕਦੇ ਸੀ ਕਿ ਇੱਥੇ ਨਹੀਂ ਰੋਕ ਸਕਦੀ ਤਾਂ ਸਟੇਟਸ ਦੀ ਪਾਵਰ ਐਬਸੋਲਿਊਟ ਨਹੀਂ ਹੈ ਜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਕੇਸ ਦਿੱਤਾ ਤਾਂ ਸਟੇਟ ਵੀ ਨਹੀਂ ਰੋਕ ਸਕਦੀ ਕਲੀਅਰ ਹੈ ਹੁਣ ਦੇਖੋ ਹੁਣ ਆਪਾਂ सीबीआई ਦੀ ਚੰਗੀ ਚੰਗੀ ਗੱਲਾਂ ਕਰ ਲਈਆਂ ਕਿ ਹਾਂਜੀ ਬਹੁਤ ਪ੍ਰੈਸਟੀਜੀਅਸ ਹੈ ਇਹ ਦਾ ਮੰਡੇਟ ਹੈ ਨੌਨ ਸਟੈਚਿਊਟਰੀ ਹੈ ਜਦੋਂ ਤੁਸੀਂ ਸਵਾਲ ਤੁਹਾਡਾ ਮੇਨਸ ਕੀ ਆਏਗਾ ਉਹਦੇ ਕ੍ਰਿਟੀਕਲ ਅਨਾਲਿਸਿਸ ਮਤਲਬ ਤੁਹਾਨੂੰ ਉਹਦੇ 네ਗੇਟਿਵ ਪੁਆਇੰਟਸ ਵੀ ਦੱਸਣੇ ਨੇ ਕਿ ਏ ਐਜ਼ ਐਨ ਇੰਸਟੀਟਿਊਸ਼ਨ ਇਨ ਇੰਡੀਆ ਸੀਬੀਆਈ ਕਿੰਨਾ ਸਕਸੈਸਫੁਲ ਰਿਹਾ ਕੀ ਇਹਦੀ ਕਮੀਆਂ ਰਹੀਆਂ ਨੇ ਤਾਂ ਆਪਾਂ ਥੋੜੀ ਕਮੀਆਂ ਦੇਖ ਲੈਣੇ ਕਿ ਸੀਬੀਆਈ ਦੀ ਵਰਕਿੰਗ ਵਿੱਚ ਕੀ ਇਸ਼ੂਸ ਨੇ ਸਭ ਤੋਂ ਪਹਿਲਾ ਇਸ਼ੂ ਹੈ ਪੋਲਿਟਿਕਲ ਇੰਟਰਫੇਰੈਂਸ ਦਾ ਕਾਫੀ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਕਿਹਾ ਸੀਗਾ ਕੋਲ ਬਲਾਕ ਅਲੋਕੇਸ਼ਨ ਵਾਲਾ ਜਿਹੜਾ ਕੇਸ ਸੀਗਾ ਸੀਬੀਆਈ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਸੀਗੀ ਤੇ ਉਹਦੇ ریلیਟਡ ਸੁਪਰੀਮ ਕੋਰਟ ਨੇ ਕਹਿਆ ਸੀਗਾ ਕਿ ਦੇਖੋ ਜਿਹੜੀ सीबीआई ਹੈ ਉਹ ਇੱਕ ਕੇਜਡ ਪੈਰਟ ਬਣ ਕੇ ਰਹੀ ਹੈ ਯਾਨੀ ਕਿ ਪਿੰਜਰੇ ਚ ਬੰਦ ਇੱਕ ਤੋਤਾ ਬਣ ਕੇ ਰਹੀ ਹੈ ਜਿਹੜੀ ਸਰਕਾਰ ਦੇ ਸੈਂਟਰ ਸਰਕਾਰ ਦੇ ਇਸ਼ਾਰਿਆਂ ਤੇ ਚਲਦੀ ਹੈ ਤਾਂ ਥਿਸ ਵਾਸ ਅ ਵੈਰੀ ਵੈਰੀ ਸਟਰੋਂਗ ਸਟੇਟਮੈਂਟ ਮੇਡ ਬਾਈ ਸੁਪਰੀਮ ਕੋਰਟ ਤੇ ਕਲੀਅਰਲੀ ਦਿਖਾਂਦਾ ਹੈ ਕਿ ਪੋਲਿਟੀਕਲ ਇੰਟਰਫੀਰੈਂਸ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਹਦੇ ਨਾਲ ਇਹਦੀ ਪ੍ਰੈਸਟੀਜ ਵੀ ਇਫੈਕਟ ਹੋਈ ਹੈ ਜਿਹੜੀ 65 ਤੋਂ 70% ਬਣੀ ਹੋਈ ਹੈ ਅਕਿਊਰੇਸੀ ਕਨਵਿਕਸ਼ਨ ਰੇਟ ਬਣਿਆ ਹੋਇਆ ਹੈ ਤੇ ਇੰਨੀ ਰੈਪਿਊਟੇਸ਼ਨ ਹੈ ਵਰਲਡ ਲੈਵਲ ਤੇ ਉਹ ਡਾਈਲੂਟ ਹੁੰਦੀ ਹੈ ਜਦੋਂ ਇਹੋ ਜੇ ਸੀਰੀਅਸ ਸੰਗੀਨ ਇਲਜ਼ਾਮ ਲੱਗਦੇ ਨੇ ਠੀਕ ਹੈ ਫੇਅਰ ਹੈ ਸੈਕਿੰਡ ਡਿਲੇਡ ਇਨਵੈਸਟੀਗੇਸ਼ਨ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਉਹ ਤਾਂ ਪੂਰੀ ਇੰਡੀਆ ਚੀ ਬਹੁਤ ਪ੍ਰੋਬਲਮ ਹੈ ਬਟ ਕਿਉਂਕਿ ਇਹ ਇੰਡੀਆ ਦੇ ਸਭ ਤੋਂ ਬੈਸਟ ਇਨਵੈਸਟੀਗੇਸ਼ਨ ਏਜੰਸੀ ਹੈ ਇਹਦੇ ਵੀ ਇਹੀ ਸੇਮ ਐਲੋਕੇਸ਼ਨ ਹੈ ਕਿ ਡਿਲੇਡ ਇਨਵੈਸਟੀਗੇਸ਼ਨ ਬਹੁਤ ਸਾਲਾਂ ਸਾਲਾਂ ਤੱਕ ਚਲਦੇ ਚਲਦੀ ਰਹਿੰਦੀ ਹੈ ਇਹਦਾ ਸਭ ਤੋਂ ਵਧੀਆ ਐਗਜ਼ਾਮਪਲ ਤੁਸੀਂ ਦੋਗੇ ਜੇਨ ਹਵਾਲਾ ਕੇਸ ਜੇਨ ਇਨ ਫੈਕਟ ਅਰੂਸ਼ੀ ਮਰਡਰ ਕੇਸ ਜਿਹੜਾ ਹੋਇਆ ਸੀਗਾ ਨੌਇਡਾ ਵਿੱਚ ਡਬਲ ਮਰਡਰ ਕੇਸ ਉਹ ਵੀ ਬਹੁਤ ਸਾਲਾਂ ਤੱਕ ਇਨਵੈਸਟੀਗੇਸ਼ਨ ਚੱਲੀ ਸੀਗੀ ਇਹਦਾ ਐਗਜ਼ਾਮਪਲ ਤੁਸੀਂ ਦੇ ਸਕਦੇ ਹੋ ਜੇਨ ਹਵਾਲਾ ਕੇਸ 1990ਸ ਦਾ ਕਿ ਭਈ ਇਨਵੈਸਟੀਗੇਸ਼ਨ ਬਹੁਤ ਲੰਬੀਆਂ ਚੱਲੀਆਂ ਸੀਗੀਆਂ ਫਿਰ ਹੈ ਲੈਕ ਆਫ ਕ੍ਰੈਡੀਬਿਲਟੀ ਕ੍ਰੈਡੀਬਿਲਟੀ ਕਿਵੇਂ ਡਾਇਲੂਟ ਹੋਈ ਦੇਖੋ ਇਹਨੇ ਨੇ ਸੀਬੀਆਈ ਤੇ ਅਲਿਕੇਸ਼ਨਸ ਨੇ ਕਿ ਇਹਨਾਂ ਨੇ ਬੜੇ سارے ਹੈਜੇ ਕੇਸਿਸ ਜਿਸ ਵਿੱਚ politicans involved ਸੀਗੇ ਉਹ ਇਹਨਾਂ ਨੇ ਚੰਗੀ ਤਰ੍ਹਾਂ ਹੈਂਡਲਿੰਗ ਕੀਤੇ ਕਿਤੇ ਮਿਸਮੈਨੇਜ ਕੀਤੇ ਜਿਵੇਂ ਕਿ ਜੀਵੰਕੀ ਉਹ ਫੋਰਸ ਕੇਸ ਜਿਸ ਵਿੱਚ ਉਸ ਟਾਈਪ ਦੇ ਡਿਫੈਂਸ ਮਿਨਿਸਟਰ ਡਾਇਰੈਕਟਲੀ ਇਨਵੋਲਡ ਸੀਗੇ ਜਿਵੇਂ ਕਿ ਆਰੁਸ਼ੀ ਤਲਵਾਰ ਕੇਸ ਡਬਲ ਮਰਡਰ ਕੇਸ ਇੱਕ ਐਸੀ ਬਹੁਤ ਲੰਬਾ ਚੱਲਿਆ ਸੀਗਾ ਤੇ ਇਸ ਵੀ ਕਹਿੰਦੇ ਪੋਲਿਟੀਕਲ ਇੰਟਰਫੇਰੈਂਸ ਸੀਗੀ ਤੇ ਇਸ ਤੋਂ ਇਲਾਵਾ ਹੋਰ ਤੁਸੀਂ ਕਿਹ ਇਸ ਕੋਟ ਕਰ ਸਕਦੇ ਹੋ ਮੇਨ A2 ਹੈ ਤੇ ਨੈਕਸਟ ਜਿਹੜੀ ਇਹਦੀ ਲਿਮਿਟੇਸ਼ਨ ਹੈ ਕਿ ਇਹਦੀ ਅਕਾਉਂਟੇਬਿਲਟੀ ਨਹੀਂ ਹੈ CBI ਇਜ਼ ਅ ਗਵਰਨਮੈਂਟ ਏਜੰਸੀ ਸਾਰੀ ਆਪਣੀ ਸਟੈਚੂਟਰੀ ਨਾਨ ਸਟੈਚੂਟਰੀ ਕਨਸਟੀਟਿਊਸ਼ਨਲ ਏਜੰਸੀ ਜਿਹੜੀਆਂ ਨੇ ਇੰਸਟੀਟਿਊਸ਼ਨਸ ਨੇ ਦੇ ਆਲ ਕਮ ਅੰਡਰ ਦੀ ਐਮਬਿਟ ਆਫ ਆਰਟੀਆਈ ਬਟ CBI ਨੂੰ RTI ਦੇ ਬਾਹਰ ਰੱਖਿਆ ਗਿਆ right to information ਦੇ ਬਾਹਰ ਰੱਖਿਆ ਗਿਆ ਇਹਦਾ ਮਤਲਬ ਕੀ ਹੈ ਤੁਸੀਂ ਕੋਈ ਵੀ RTI ਫਾਈਲ ਕਰਕੇ CBI ਦੇ ਰਿਲੇਟਡ ਕੋਈ ਇਨਫੋਰਮੇਸ਼ਨ ਨਹੀਂ ਲੈ ਸਕਦੇ that shows ਕਿ CBI ਨੂੰ ਉਪੇਕ ਬਣਾ ਦਿੱਤਾ ਗਿਆ ਇੱਕ ਬੰਦ ਦਰਵਾਜ਼ੇ ਦੇ ਅੰਦਰ ਹੈ we don't know and it is a public agency ਸਰਕਾਰੀ ਏਜੰਸੀ ਹੈ ਤੇ ਸਰਕਾਰ ਸਰਕਾਰੀ ਏਜੰਸੀ ਹੈ ਤੇ ਲੋਕally accountable ਨਹੀਂ ਹੈ ਲੋਕ ਇਹਨੂੰ accountable ਨਹੀਂ ਠਹਿਰਾ ਸਕਦੇ public accountability ਨਹੀਂ ਹੈ ਫਿਰ ਹੈ ਲਿミਟਿਡ ਪਾਵਰਸ ਲਿミਟਿਡ ਪਾਵਰਸ ਅਗੇ ਤੁਹਾਨੂੰ ਦੱਸਿਆ ਹੈ ਕਿ ਸਟੇਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਸਟੇਟ ਤੋਂ ਕਨਸੈਂਟ ਲੈਣਾ ਪੈਂਦਾ ਜਦੋਂ ਸਟੇਟ ਵਿੱਚ ਇਨਵੈਸਟੀਗੇਸ਼ਨ ਕਰਨੀ ਹੈ ਰਿਸਟ੍ਰਿਕਟਿਡ ਐਕਸੈਸ ਦੇਖੋ ਰਿਸਟ੍ਰਿਕਟਿਡ ਐਕਸੈਸ ਦਾ ਇਹ ਹੈ ਕਿ ਵੈਸੇ ਤਾਂ सीबीआई ਜਿਹੜੀ ਹੈ ਇਹ ਸ਼ੁਰੂ ਤੋਂ ਹੀ ਇਹਦਾ ਮੰਡਟ ਇੰਦੀ ਪਾਵਰ ਰਹੀ ਹੈ ਜਦੋਂ ਇਹ 1965 ਤੋਂ ਪਹਿਲਾਂ ਤੋਂ ਜਦੋਂ ਇਹ ਬ੍ਰਾਈਬਰੀ ਤੇ ਕ腐ਸ਼ਨ ਦੇ ਕੇਸਿਸ ਦੇਖਦੀ ਹੈ ठीक है अंडर प्रिवेंशन ऑफ करप्शन एक्ट ठीक है तो एक कि रिलेटेड ना देखती है पब्लिक सैक्टर यूनिट्स सेंट्रल गवर्नमेंट इंप्लॉईज बट जे ओ इम्प्लॉई जे सेंट्रल गवर्नमेंट इम्प्लॉई जॉइंट सैक्रटरी लैवल का है या इस तो ऊपर का है ਮਤਲਬ ਹਾਈ ਲੈਵਲ ਬਿਊਰੋਕਰੇਟਸ ਜਿਹੜੇ ਨੇ ਤਾਂ ਉੱਥੇ सीबीआई ਨੂੰ ਜੇ ਇਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਉਹਨਾਂ ਨੂੰ ਸੈਂਟਰ ਤੋਂ ਸਰਕਾਰ ਤੋਂ ਪਰਮਿਸ਼ਨ ਲੈਣੀ ਪਈਗੀ ਤਾਂ ਤੁਸੀਂ ਇਹ ਕਿਉਂ ਵਿੱਚ ਸਰਕਾਰ ਨੂੰ ਵਿਚਵਾੜਿਆ ਹੈ ਸਰਕਾਰ ਦੇ ਹੀ ਮੁਲਾਜ਼ਮ ਦੇ ਅਗੇਂਸ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ ਤੇ ਉਹਦੇ ਲਈ ਸਰਕਾਰ ਤੋਂ ਹੀ ਪਰਮਿਸ਼ਨ ਲੈਣੀ ਹੈ ਤਾਂ ਸਰਕਾਰ ਤਾਂ ਆਪਣੇ ਬੰਦੇ ਨੂੰ ਪ੍ਰੋਟੈਕਟ ਕਰੇਗੀ ਨਾ ਠੀਕ ਹੈ ਤਾਂ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ सीबीआई ਨੂੰ ਸਰਕਾਰੀ ਮੁਲਾਜ਼ਮ ਦੇ ਅਗੇਂਸਟ ਕੋਈ ਇਨਵੈਸਟੀਗੇਸ਼ਨ ਕਰਨੀ ਤਾਂ ਸਰਕਾਰ ਤੋਂ ਹੀ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਇਹ ਟਾਪਿਕ ਆਪਣਾ ਖਤਮ ਹੁੰਦਾ ਹੈ सीबीआई ਦਾ ਅਗਲਾ ਆਪਾਂ ਦੇਖਦੇ ਹਾਂ ਕਿ ਰੀਸੈਂਟਲੀ ਤੁਹਾਨੂੰ ਪਤਾ ਹੈ ਕਿ ਤ੍ਰਿਪੁਰਾ ਵਿੱਚ ਇਲੈਕਸ਼ਨਸ ਹੋਏ ਸੀਗੇ ਤੇ ਕੱਲ ਵੋਟਾਂ ਪਈਆਂ ਨੇ ਮੇਘਾਲਿਆ ਤੇ ਮਣੀਪੁਰ ਵਿੱਚ ਹੁਣ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕਿਹੜੇ ਕਿਹੜੇ ਕੰਟਰੀ ਕਿਹੜੇ ਕਿਹੜੇ ਸਟੇਟਸ ਨੇ ਜਿਹੜੇ ਕਿ 6th ਸ਼ੈਡਿਊਲ ਦੇ ਅੰਡਰ ਆਉਂਦੇ ਨੇ ਉਹ ਤੁਹਾਨੂੰ ਮੈਂ ਦੁਬਾਰਾ ਆਪਾਂ ਡਿਸਕਸ ਕਰ ਲੈਨੇ ਆ ਉਹ ਸਟੇਟ ਸੀਗੇ ਏ ਐਮ ਟੀ ਐਮ ਤੁਹਾਨੂੰ ਮੈਂ ਸ਼ਾਰਟ ਫਾਰਮ ਦੱਸੀ ਸੀਗੀ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਕਾ ਤੁਸੀਂ ਦੇਖੋ ਸ਼ੇਪ ਕੀ ਬਣਦੀ ਹੈ ਆਹ ਬਣਦੀ ਹੈ ਇਹ ਹੋ ਗਿਆ ਅਸਾਮ ਮਿਜ਼ੋਰਮ ਤਾਂ ਇਹ ਚਾਰ ਸਟੇਟਸ ਨੇ ਇਹ ਨੂੰ ਮੈਂ ਤੁਹਾਨੂੰ ਸ਼ਾਰਟਕਟ ਦੱਸਿਆ ਸੀਗਾ ਏ ਐਮ ਟੀ ਐਮ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ਰਮ ਐਮਟੀਐਮ ਤੁਸੀਂ ਯਾਦ ਰੱਖੋ ਕਿਵੇਂ ਯਾਦ ਰੱਖੋਗੇ ਜਿਵੇਂ ਐਮਪੀਐਮ ਘੜੀ ਦਾ ਹੁੰਦਾ ਹੈ ਪੀ ਦੀ ਜਗ੍ਹਾ ਟੀ ਲਾ ਦਿਓ ਐਮਟੀਐਮ ਤ੍ਰਿਪੁਰਾ ਆਪਾਂ ਉਹਨਾਂ ਡਿਸਕਸ ਕੀਤਾ ਸੀ ਅੱਜ ਆਪਾਂ ਦੇਖਦੇ ਹਾਂ ਕਿ ਮੇਘਾਲਿਆ ਹੁਣ ਮੇਘਾਲੇ ਤੇ ਮਨੀਪੁਰ ਚਾਹ ਮਨੀਪੁਰ ਇਸ ਨੋਟ ਅ ਸਟੇਟ ਅੰਡਰ ਦਾ 6th ਸ਼ੈਡਿਊਲ ਤਾਂ ਮੇਘਾਲਿਆ ਆਂਦਾ ਹੈ ਤਾਂ ਇਹ ਜਿਹੜੇ ਏਰੀਆਜ਼ ਨੇ ਜਿਹੜੇ 6th ਸ਼ੈਡਿਊਲ ਦੇ ਅੰਦਰ ਆਂਦੇ ਨੇ ਇਹਨਾਂ ਨੂੰ ਇਹਨਾਂ ਦੀ ਇੱਕ ਸਪੈਸ਼ialਟੀ ਹੈ ਕਿ ਇੱਥੇ ਇਹਨਾਂ ਨੂੰ ਆਜ਼ਾਦੀ ਹੈ ਕਿ ਦੇ ਕਨ ਕ੍ਰੀਏਟ देयर ਓਨ ਆਟੋਨਮਸ ਡਿਸਟ੍ਰਿਕਟ ਕਾਉਂਸਿਲਸ ਆਟੋਨਮਸ ਡਿਸਟ੍ਰਿਕਟ ADC ਨਾਮ ਦੀ ਇੱਕ ਚੀਜ਼ ਹੈ ਜਿਹੜੀ ਉਹ ਬਣਾ ਸਕਦੇ ਨੇ ਤੇ ਇਹ ਸਟੇਟ ਦੇ ਅੰਦਰ ਹੀ ਕੁਝ ਏਰੀਆਜ਼ ਡਿਫਾਈਨ ਹੁੰਦੇ ਨੇ ਕੁਝ ਬਾਉਂਡਰੀਜ਼ ਡਿਫਾਈਨ ਹੁੰਦੇ ਨੇ ਜਿੱਥੇ ਬਹੁਤ ਹੀ ਪਿਛੜੀ ਹੋਈ ਜਾਤੀਆਂ ਰੈਰੀਆ ਨੇ ਟ్రਾਈਬਸ ਰੈਰੀਆ ਨੇ ਤੇ ਉਹਨਾਂ ਦੀ ਬੜਾ ਯੂਨੀਕ ਕਸਟਮ ਹੈ ਬਹੁਤ ਹੀ ਯੂਨੀਕ ਕਲਚਰ ਹੈ ਲੈਂਗੁਏਜ ਹੈ ਕਸਟਮ ਹੈ ਤੇ ਉਹਨੂੰ ਪ੍ਰੋਟੈਕਟ ਕਰਨ ਲਈ ਤੇ ਉਹਦੀ ਸਟੇਟ ਵੱਲੋਂ ਵੀ ਇੰਟਰਫੇਰੈਂਸ ਨਾ ਹੋਵੇ ਸਟੇਟ ਲੈਵਲ ਤੇ ਇੰਟਰਫੇਰੈਂਸ ਵੀ ਨਾ ਹੋਵੇ ਤਾਂ ਉਹਦੇ ਅੰਦਰ ਪੂਰਾ ਇੱਕ ਜਿਹੜਾ ਏਰੀਆ ਬਣਾ ਦਿੱਤਾ ਗਿਆ ਹੈ ਆਟੋਨਮਸ ਡਿਸਟ੍ਰਿਕਟ ਕਾਉਂਸਲ ਬਣਾ ਦਿੱਤਾ ਗਿਆ ਹੈ ਜੀ ਦੀ ਵਰਕਿੰਗ ਸਾਰੀ ਉਹਦੇ ਅੰਦਰ ਜਿਹੜੇ ਲੋਕ ਰਹਿੰਦੇ ਨੇ ਜਿਹੜੇ ਉੱਥੋਂ ਇਲੈਕਟ ਹੋਣਗੇ ਇਹਦੇ ਅਡ ਇਲੈਕਸ਼ਨਸ ਹੋਣਗੇ ਇਲੈਕਟ ਹੋਣਗੇ ਤੇ ਉਹੀ ਉਸ ਏਰੀਆ ਨੂੰ ਸੰਭਾਲਦੇ ਨੇ ਸਾਰਾ ਕੁਝ ਲਾਜ਼ ਗਵਰਨਮੈਂਟ ਤੇ ਜੁਡੀਸ਼ਰੀ ਜਿਹੜੇ ਤਿੰਨ ਏਰੀਆਜ਼ ਹੁੰਦੇ ਨੇ ਇੱਕ ਸਰਕਾਰ ਦੇ ਜੁਡੀਸ਼ਰੀ ਲੈਜਿਸਲੇਚਰ ਤੇ ਐਗਜ਼ੀਕਿਟਿਵ ਇਹ ਤਿੰਨੋਂ ਚੀਜ਼ਾਂ ਸਿੱਧਾ ਇਹ ਲੋਕਲ ਲੈਵਲ ਤੇ ਇਹਨਾਂ ਦੇ ਹੱਥ ਵਿੱਚ ਹੈ ਇਹਦੇ ਵਿੱਚ ਨਾ ਸਟੇਟ ਲੈਵਲ ਦੇ ਇੰਟਰਫੇਰੈਂਸ ਆ ਗਵਰਨਰ ਦੇ ਇੰਟਰਫੇਰੈਂਸ ਨਹੀਂ ਹੈ ਸੀਐਮ ਦੀ ਨਹੀਂ ਹੈ ਤੇ ਸੈਂਟਰ ਲੈਵਲ ਦੀ ਵੀ ਨਹੀਂ ਹੈ ਤਾਂ ਇਹ ਜਿਹੜੇ ਏਡੀਸੀਜ਼ ਹੈ ਇਹ ਆਪਾਂ ਦੇਖਦੇ ਆ ਇਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਰਿਵਾਈਜ਼ ਕਰਾਉਦਾ ਮੈਂ ਤੁਹਾਨੂੰ ਲਾਸਟ ਵਾਈ ਜਦੋਂ ਤ੍ਰਿਪੁਰਾ ਦੀ ਇਲੈਕਸ਼ਨ ਹੋਈ ਸੀ ਉਦੋਂ ਵੀ ਮੈਂ ਤੁਹਾਨੂੰ ਡਿਸਕਸ ਕਰਾਇਆ ਸੀਗਾ ਸਪੈਸ਼ਲ ਸਟੇਟਸ 6 ਸ਼ੈਡਿਊਲ ਏਰੀਆਸ ਦੁਬਾਰਾ ਕਰ ਲੈਨੇ ਏ ਐਮ ਟੀ ਐਮ ਕਲੀਅਰ ਹੈ ਏ ਐਮ ਟੀ ਐਮ ਆਰਟੀਕਲਸ ਦੇਖ ਲੋ 244 ਕਲੋਜ਼ 2 ਤੋਂ ਲੈ ਕੇ ਨਹੀਂ ਇਹ ਦੋ ਹੀ ਨੇ 244 ਕਲੋਜ਼ 2 ਤੇ 275 ਕਲੋਜ਼ 1 ਇਹ ਦੋ ਆਰਟੀਕਲਸ ਨੇ ਜਿੱਥੋਂ 6 ਸ਼ੈਡਿਊਲ ਆਪਣੀ ਪਾਵਰਸ ਖਿੱਚਦਾ ਹੈ 6 ਸ਼ੈਡਿਊਲ ਡਿਫਾਈਨ ਹੁੰਦਾ ਹੈ ਏ ਜਿਹੜੇ ਸ਼ੈਡਿਊਲਸ ਹੁੰਦੇ ਨੇ ਜਿਹੜੇ ਵੀ ਆਪਣੇ 12 ਸ਼ੈਡਿਊਲ ਨੇ ਹਰ ਸ਼ੈਡਿਊਲ ਕਨਸਟੀਟਿਊਸ਼ਨ ਦੇ ਇੱਕ ਕਿਸ ਨਾ ਕਿਸੇ ਆਰਟੀਕਲ ਨਾਲ ਲਿੰਕ ਹੁੰਦਾ 댓 ਇਜ਼ ਦ ਮੀਨਿੰਗ ਆਫ ਸ਼ੈਡਿਊਲ ਉਹ ਆਰਟੀਕਲ ਜਿੱਥੇ ਵੀ ਕਿਸੇ ਵੀ ਲਿਸਟ ਦੀ ਗੱਲ ਹੋ ਰਹੀ ਹੈ ਕਿਸੇ ਵੀ ਨਾਮ ਦੀ ਗੱਲ ਹੋ ਰਹੀ ਹੈ ਉਹ ਤੁਸੀਂ ਸ਼ੈਡਿਊਲ ਜਿਹੜਾ ਹੈ ਉਸ ਵਿੱਚ ਲਿਸਤ ਕੀਤੀ ਹੁੰਦੀ ਹੈ ਸਿੱਧਾ ਕਨਸਟੀਟਿਊਸ਼ਨ ਦੇ ਆਰਟੀਕਲਸ ਨੇ ਲਿਖੀ ਹੁੰਦੀ ਹੈ ਉੱਤੇ ਸਿਰਫ ਰੈਫਰ ਕੀਤਾ ਗਿਆ ਹੁੰਦਾ ਸਿਰਫ ਮੈਂਸ਼ਨ ਕੀਤਾ ਗਿਆ ਹੁੰਦਾ ਤਾਂ ਇਹ ਜਿਹੜਾ ਸ਼ੈਡਿਊਲ ਹੈ 6th ਸ਼ੈਡਿਊਲ ਇਹ ਆਰਟੀਕਲ 244 ਕਲੋਜ਼ 2 ਐਂਡ ਆਰਟੀਕਲ 275 ਕਲੋਜ਼ 1 ਵਿੱਚ ਮੈਂਸ਼ਨ ਕੀਤਾ ਗਿਆ ਹੈ ਆਟੋਨਮੀ ਦੇ ਰਹਾ ਤੁਹਾਨੂੰ ਮੈਂ ਦੱਸਿਆ ਆਟੋਨਮੀ ਦੇ ਰਿਹਾ ਐਡੀਸੀਸ ਬਣਦੇ ਨੇ ਸਾਈ ਸਰਕਾਰ ਉਸ ਲੈਵਲ ਤੇ ਚੱਲ ਰਹੀ ਹੈ ਬਾਰਲੀ ਕੋ ਇੰਟਰਫੇਰੈਂਸ ਨਹੀਂ ਹੈ ਤੇ ਕਿਹਜੇ ਸਬਜੈਕਟਸ ਨੇ ਦੇਖੋ ਪੂਰੀ ਤਰ੍ਹਾਂ ਨਹੀਂ ਹੈ ਇੰਟਰਫੇਰੈਂਸ ਬਟ ਇਹ ਹੈ ਕਿ ਕਾਫੀ ਜ਼ਿਆਦਾ ਹੱਦ ਤੱਕ ਹੈ ਤੇ ਕਿਹੜੇ ਲੈਵਲ ਤੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਮੈਂ ਦੱਸਿਆ ਕਿ ਇਥੇ ਟ్రਾਈਬਸ ਰਹਿੰਦੀਆਂ ਨੇ ਜਿਨ੍ਹਾਂ ਦਾ ਕਸਟਮ ਲੋਕਲ ਕਸਟਮ ਲੋਕਲ ਇਹਨਾਂ ਦੀ ਕਲਚਰ ਤੇ ਇਹਨਾਂ ਦੀ ਜਿਹੜੀ ਹੈਰਿਟੇਜ ਹੈ ਬੜੀ ਯੂਨੀਕ ਹੈ ਤਾਂ ਤੇ ਇਹਨਾਂ ਦੀ ਪੋਪੂਲੇਸ਼ਨ ਵੀ ਬਹੁਤ ਘੱਟ ਹੈ ਟ੍ਰਾਈਬਸ ਆ ਬਹੁਤ ਨੇ ਇੰਡੀਆ ਚ ਬਹੁਤ ਵੱਡੇ ਵੱਡੇ ਪੋਪੂਲੇਸ਼ਨਸ ਨੇ ਇਹ ਟ੍ਰਾਈਬਸ ਬਹੁਤ ਛੋਟੀਆਂ ਵੀ ਨੇ ਤੇ ਇਹਨਾਂ ਦੀ ਯੂਨੀਕਨੈਸ ਨੂੰ ਪ੍ਰੋਟੈਕਟ ਕਰਨ ਲਈ ਏਡੀਸੀ ਨਾਮ ਦਾ ਇੱਕ ਕਲੋਜ਼ ਲੈ ਕੇ ਆਂਦਾ ਗਿਆ ਕਨਸਟੀਟਿਊਸ਼ਨ ਵਿੱਚ ਤੇ ਇਸ ਵਿੱਚ ਸਬਜੈਕਟਸ ਕਿਹੜੇ-ਕਿਹੜੇ ਨੇ ਕਿਹੜੇ-ਕਿਹੜੇ ਸਬਜੈਕਟਸ ਤੇ ਉਹ ਲਾਅ ਬਣਾ ਸਕਦੇ ਨੇ ਕਿਹੜੇ-ਕਿਹੜੇ ਸਬਜੈਕਟਸ ਤੇ ਉਹ ਕੰਮ ਕਰ ਸਕਦੇ ਨੇ ਤੁਸੀਂ ਖੁਦ ਇਮੇਜਿਨ ਕਰੋ ਕਿ ਇੱਕ ਟ੍ਰਾਈਬ ਹੈ ਟਰਾਈਬ ਦੇ ਅੰਡਰ ਕਿਹੜੇ ਸਬਜੈਕਟਸ ਆਣੇ ਚਾਹੀਦੇ ਆ ਟਰਾਈਬ ਦੇ ਅੰਦਰ ਕਿਹੜੀ ਲੋੜਵੰਤ ਚੀਜ਼ਾਂ ਹੁੰਦੀਆਂ ਨੇ ਜੰਗਲਾਂ 'ਚ ਰਹਲੇ ਨੇ ਤਾਂ ਫੋਰੈਸਟ ਆਏਗਾ ਠੀਕ ਹੈ ਫੋਰੈਸਟ ਜ਼ਰੂਰ ਆਏਗਾ ਤੁਸੀਂ ਦੇਖ ਲਓ ਕਿ ਟਰਾਈਬ ਦੀ ਲਾਈਫ ਵਿੱਚ ਕੀ ਕੀ ਇੰਪੋਰਟੈਂਟ ਹੈ ਫੋਰੈਸਟ ਹੈ ਫੋਰੈਸਟ ਦਾ ਜਿਹੜਾ ਪ੍ਰੋਡਿਊਸ ਹੈ ਜੋ ਵੀ ਫਲ ਫਰੂਟ ਉਹ ਚੋਂ ਨਿਕਲ ਰਹੇ ਨੇ ਜੋ ਵੀ ਉਹ ਚੋਂ ਗੋੰਦ ਨਿਕਲ ਰਹੀ ਹੈ ਜਾ ਕੇ ਬੇਚਦੇ ਨੇ ਬੈਂਬੂ ਹੈ ਬੈਂਬੂ ਜਾ ਕੇ ਬੇਚਦੇ ਨੇ ਉਹਦੇ ਨਾਲ ਉਹ ਜਾਂ ਫਿਰ ਆਪਣੇ ਯੂਜ਼ ਕਰਦੇ ਨੇ ਤਾਂ ਫੋਰੈਸਟ ਉਹਦੇ ਅੰਡਰ ਆਇਆ ਫੋਰੈਸਟ ਦਾ ਪ੍ਰੋਡਿਊਸ ਆਇਆ ਲੈਂਡ ਆਇਆ ਦੇਖੋ ਉੱਤੇ ਪ੍ਰਾਈਵੇਟ ਪ੍ਰਾਈਵੇਟ ਪ੍ਰਾਪਰਟੀ ਦਾ ਕਨਸੈਪਟ ਨਹੀਂ ਹੁੰਦਾ ਕਮਿਊਨਿਟੀ ਲੈਂਡ ਹੁੰਦਾ ਤੇ ਉਹ ਐਂਸੈਸਟਰਸ ਉਹ ਇੰਨੇ ਪਿੱਛੋਂ ਤੋਂ ਉਹਨਾਂ ਦੇ ਐਂਸੈਸਟਰਸ ਤੋਂ ਅੱਗੇ ਅੱਗੇ ਟ੍ਰਾਂਸਫਰ ਹੁੰਦਾ ਆ ਰਿਹਾ ਹੈ ਤਾਂ ਕਮਿਊਨਿਟੀ ਲੈਂਡ ਹੋਲਡਿੰਗ ਲੈਂਡ ਇਜ਼ ਅ ਵੈਰੀ ਬਿਗ ਇੰਪੋਰਟੈਂਟ ਆਈਟਮ ਠੀਕ ਹੈ ਇਸ ਤੋਂ ਇਲਾਵਾ ਉਹਨਾਂ ਦੀ ਇਨਹੈਰੀਟੈਂਸ ਮੈਂ ਤੁਹਾਨੂੰ ਦੱਸਿਆ ਉਹਨਾਂ ਦੀ ਹੈਰੀਟੇਜ ਬੜੀ ਇੰਪੋਰਟੈਂਟ ਹੈ ਕਸਟਮਸ ਟ੍ਰੈਡੀਸ਼ਨਸ ਇੰਪੋਰਟੈਂਟ ਹੈ ਤੇ ਇਹ ਸਭ ਤੋਂ ਇਹ ਸਭ ਤੋਂ ਉਹਨਾਂ ਦੇ ਅੰਦਰ ਦੇਤੇ ਸਬਜੈਕਟ ਆਪਾਂ ਬਟ ਤੁਹਾਨੂੰ ਪਤਾ ਹੋਏਗਾ ਕਿ ਫਾਈਨਾਂਸ ਕਿ ਜਿਹੜੀ ADC ਦੀ ਵਰਕਿੰਗ ਹੈ ਉਹਦੇ ਲਈ ਗ੍ਰਾਂਟਾਂ ਆਉਂਦੀਆਂ ਨੇ گورنر ਗ੍ਰਾਂਟਾ ਦਿੰਦਾ ਹੈ ਬਟ ਡਿਡ ਯੂ ਗ੍ਰਾਂਟਾਂ ਨੇ ਉਹ ਪਾਰਟਿਕੂਲਰ ਸਬਜੈਕਟਸ ਨਾਲ ਪਾਰਟਿਕੂਲਰ ਕੰਮ ਨਾਲ ਪ੍ਰੋਜੈਕਸ਼ਨਾਂ ਬੰਨੀਆਂ ਹੁੰਦੀਆਂ ਨੇ ਕਿ ਇਹ ਗ੍ਰਾਂਟ ਇਸ ਕੰਮ ਲਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਆਟੋਨਮਸ ਡਿਸਟ੍ਰਿਕਟ ਕਾਉਂਸਲਸ ਨੇ ਉਹਨਾਂ ਦੀ ਆਪਦੀ ਲੈਵਲ ਤੇ ਇੱਕ ਇਹਦਾ ਕੋਈ ਫੰਡ ਨਹੀਂ ਹੈ ਇਹ ਜੇ ਪੈਸੇ ਨਹੀਂ ਜਿੱਥੇ ਉਹ ਆਪਦੀ ਲੋਕਲ ਨੀਡਸ ਤੇ ਆਪਦੇ ਹਿਸਾਬ ਨਾਲ ਖਰਚ ਕਰ ਸਕਣ ਉੱਪਰ ਆਰਡਰ ਆਉਂਦੇ ਵੀ ਹਾਂ ਇਹ ਪੈਸਾ ਤੁਸੀਂ ਇੱਥੇ ਲਾਓਗੇ ਮੇਰੇ ਹਿਸਾਬ ਨਾਲ ਮੈਨੂੰ ਵੀ ਕੁਝ ਇਹ ਜੇ ਪੈਸਾ ਚਾਹੀਦਾ ਜਿਹੜਾ ਮੈਂ ਆਪਦੇ ਹਿਸਾਬ ਨਾਲ ਕਿਤੇ ਲਾ ਪਾਵਾਂ ਮੈਨੂੰ ਜਿੱਥੇ ਲੱਗਦਾ ਕਿ ਲੋਡ ਹੈ ਤਾਂ ਇਹਨਾਂ ਨੂੰ ਟੈਕਸ ਕਲੈਕਸ਼ਨ ਰਾਈਟਸ ਵੀ ਦੇ ਰੱਖੇ ਨੇ ਆਪਣੇ ਏਰੀਆ ਵਿੱਚ ਵਾਟ ਕਾਈਂਡ ਆਫ ਟੈਕਸ ਕਲੈਕਸ਼ਨ ਲੈਂਡ ਰੈਵਨਿਊ ਠੀਕ ਹੈ ਤੁਸੀਂ ਲੈਂਡ ਤੋਂ ਕੋਈ ਕਮਾਈ ਕਰ ਰਹੇ ਹੋ ਟੈਕਸ ਦਿਓ ਤੇ ਕੁਝ ਹੋਰ ਤਰ੍ਹਾਂ ਦੇ ਟੈਕਸਿਸ ਨੇ ਇਦਾਂ ਲ ਕੀ ਹੁੰਦਾ ਕਿ ਇਹਨਾਂ ਕੋਲ ਆਪਣਾ ਇੱਕ ਫੰਡ ਬਣ ਕੇ ਆਂਦਾ ਹੈ ਪੈਸੇ ਆਂਦਾ ਜਿਹੜਾ ਇਹ ਆਪ ਦੇ ਲੋਕਾਂ ਦੀ ਡਿਵੈਲਪਮੈਂਟ ਲਈ ਖਰਚ ਕਰ ਸਕਦੇ ਨੇ ਆਪਣੇ ਹਿਸਾਬ ਨਾਲ ਠੀਕ ਹੈ ਏਡੀਸੀਸ ਨੂੰ ਕਿਹਾ ਜਾਂਦਾ ਹੈ ਮਿਨੀਏਚਰ ਸਟੇਟਸ ਕਿਉਂਕਿ ਦੇ অলਮੋਸਟ ਵਰਕ ਐਸ ਸਮਾਲ ਸਟੇਟਸ ਮਿਨੀ ਲੈਵਲ ਸਟੇਟ ਕਹਿੰਦੇ ਆ ਬਟ ਸਟਿਲ ਤੁਸੀਂ ਦੇਖੋਗੇ ਤ੍ਰਿਪੁਰਾ ਦੇ ਵੀ ਇਲੈਕਸ਼ਨ ਚ ਮੰਗ ਉੱਠੀ ਸੀਗੀ ਕਿ ਸਾਨੂੰ ਸਟੇਟ ਹੂਡ ਚਾਹੀਦਾ ਹੈ ਇਹ ਹਜੇ ਵੀ ਕੁਝ ਸਬਜੈਕਟਸ ਹੀ ਇਹਨਾਂ ਨੂੰ ਦਿੱਤੇ ਗਏ ਨੇ ਏ ਜਾਂਦੇ ਕਿ ਫੁੱਲ ਫਲੇਜਡ ਸਟੇਟ ਬਣਾ ਦੋ ਜਿਹੜੇ ਬੱਚੇ ਹੋਏ ਸਬਜੈਕਟਸ ਨੇ ਜਿਹੜੇ ਸਾਨੂੰ ਨਹੀਂ ਮਿਲ ਰਿਹਾ ਉਹ ਵੀ ਸਾਨੂੰ ਦਿੱਤੇ ਜਾਣ ਤਾਂ ਸਟੇਟ ਹੁਡਜ ਤੇ ਏਡੀਸੀ 'ਚ ਹਜੇ ਵੀ ਅੰਤਰ ਹੈ ਆਲਦੋ ਦੇ ਆਰ ਵੈਰੀ ਆਟੋਨਮਸ ਠੀਕ ਹੈ ਨੈਕਸਟ ਆਪਾਂ ਦੇਖਦੇ ਹਾਂ ਯੈਸ ਹੁਣ ਮੇ ਘਾਲੇ ਇਲੈਕਸ਼ਨਸ ਹੋ ਰਹੇ ਨੇ ਮਣੀਪੁਰ 'ਚ ਹੋ ਰਹੇ ਨੇ ਬਟ ਮਣੀਪੁਰ 6 ਸ਼ੈਡਿਊਲ ਦੇ ਅੰਦਰ ਨਹੀਂ ਜਾਂਦਾ 6 ਸ਼ੈਡਿਊਲ ਦੇ ਅੰਦਰ ਜਿਹੜੇ 4 ਸਟੇਟ ਨੇ ਹਰ ਇੱਕ ਸਟੇਟ ਵਿੱਚ ਕਿਹੜਾ ਕਿਹੜੇ ਆਟੋਨਮਸ ਡਿਸਟ੍ਰਿਕਟ ਕਾਉਂਸਿਲਸ ਨੇ ਉਹਨਾਂ ਦੇ ਨਾਮ ਕੀ ਨੇ ਉਹ ਆਪਾਂ ਡਿਟੇਲ ਵਿੱਚ ਪੜ ਲਈਏ ਇਹ ਇਨਫੋਰਮੇਸ਼ਨ ਤੁਹਾਨੂੰ ਲక్ష్ਮੀਕਾਂਤ ਨਹੀਂ ਮਿਲੇਗੀ ਇਹ ਮੈਂ ਬਾਰੋਂ ਕਡੀ ਐ ਨੈਟ ਤੋਂ ਤੇ ਤੁਹਾਨੂੰ ਇਹ ਅੰਡਰਸਟੈਂਡਿੰਗ ਜੇ ਹੋ ਜਾਏਗੀ ਯੂ ਵਿਲ ਐਕਚੁਅਲੀ ਬੀਏਬਲ ਟੂ ਰਾਈਟ ਅ ਬੈਟਰ ਆਨਸਰ ਇਨ ਯੋਰ ਮੇਨਸ ਇੰਟਰਵਿਊ ਵਿੱਚ ਤੁਸੀਂ ਜਿਹੇ ਜਿਹੇ ਪੁਆਇੰਟਸ ਬੋਲ ਕੇ ਆਉਂਗੇ ਜੇ ਤੁਹਾਨੂੰ ਨਾਰਥ-ਈਸਟ ਦੀ ਪ੍ਰੋਬਲਮਸ ਦੀ ਗੱਲ ਕੀਤੀ ਜਾ ਰਹੀ ਹੈ ਕਿਤੇ ਤਾਂ ਯੂ ਵਿਲ ਗੈਟ ਐਕਸਟਰਾ ਮਾਰਕਸ ਐਂਡ ਅਦਰ ਪੀਪਲ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਅਸਾਮ ਦੇਖ ਲੈਨੇ ਅਸਾਮ ਸਭ ਤੋਂ ਵੱਡਾ ਆਪਣਾ ਇੰਨਾ ਚੋ ਸਟੇਟ ਹੈ ਅਸਾਮ ਵਿੱਚ ਤਿੰਨ ਏਰੀਆਜ਼ ਨੇ ਦੇਖੋ ਇੱਕ ਤਾਂ ਬੋਡੋਲੈਂਡ ਹੈ ਤੁਹਾਨੂੰ ਪਤਾ ਹੋਵੇਗਾ ਕਿ ਬੋਡੋਲੈਂਡ ਇਹ ਵੀ ਆਪਣਾ ਇੱਕ ਸਟੇਟ ਹੂਡ ਮੰਗ ਰੇ ਸੀਗੇ ਤਾਂ ਇਹਨਾਂ ਨੇ ਸਟੇਟ ਤਾਂ ਨਹੀਂ ਦਿੱਤਾ ਬਟ ਅਸੀਂ ਇਹਨਾਂ ਨੇ ਸਰਕਾਰ ਨੇ ਕਿਹਾ ਕਿ ਤੁਸੀਂ ਆਪਣਾ ਇੱਕ ਏਡੀਸੀ ਬਣਾ ਲਓ ਠੀਕ ਹੈ ਤੁਹਾਨੂੰ ਕੁਝ ਤੁਸੀਂ ਉਹ ਆਪਣੇ ਉੱਥੇ ਇੰਡੀਪੈਂਡੈਂਟ ਸਰਕਾਰ ਚਲਾਓ ਸਟੇਟ ਤਾਂ ਨਹੀਂ ਅਸੀਂ ਬਣਾਵਾਂਗੇ ਆ ਤਾਂ ਬिखर ਜਾਏਗਾ ਪੂਰਾ ਤਾਂ ਬੋਡੋਲੈਂਡ ਜਿਹੜੀ ਕਮਿਊਨਿਟੀ ਹੈ ਬੋਡੋ ਜਿਹੜੀ ਟ੍ਰਾਈਬ ਹੈ ਉਹਨਾਂ ਨੇ ਮੰਗਿਆ ਸੀ ਕਿ ਤੇ ਉਹ ਟ੍ਰਾਈਬ ਇੱਥੇ ਏਡੀਸੀ ਚ ਲਾਂਦੀ ਹੈ ਫਿਰ ਹੈ ਦੀਮਾ ਹਸਾਓ ਦੀਮਾ ਹਸਾਓ ਦੇਖ ਲਓ ਬਿਲਕੁਲ ਖੁੰਝੇ ਚਾ ਨੀਚੇ ਵੱੜ ਕੇ ਸਦਰਨ ਮੋਸਟ ਏਡੀਸੀ ਆਫ ਅਸਾਮ ਬੇ ਘਾਲੇ ਦੇ ਬਿਲਕੁਲ ਨਾਲ ਲੱਗ ਰਿਹਾ ਲਾਈਨ ਵਿੱਚ ਤੇ ਇਹਦੇ ਜਸਟ ਉੱਪਰ ਹੈ ਕਾਰਬੀ ਐਂਗਲੌਂਗ ਕਾਰਬੀ ਐਂਗਲੌਂਗ ਕਾਫੀ ਪੁੱਛਦੇ ਨੇ ਸਵਾਲ ਕਿਉਂਕਿ ਇਹ ਆਪਣੇ ਉਸ ਚ ਵਿੱਚ ਵੀ ਆਉਂਦਾ ਨੈਸ਼ਨਲ ਪਾਰਕ ਦੇ ਏਰੀਆ ਵਿੱਚ ਵੀ ਆਉਂਦਾ ਹੈ ਤੇ ਇਸ ਚੋ ਕਾਫੀ ਸਾਰੀ ਰਿਵਰਸ ਗੁਜ਼ਰਦੀ ਹੈ ਨਾ ਜਿਹੜੀ ਬ੍ਰਹਮਪੁੱਤਰਾਂ ਦੀ ਟ੍ਰਿਬਿਊਟਰੀਜ਼ ਨੇ ਤੇ ਇਹ ਲੋਕੇਸ਼ਨ ਤੁਸੀਂ ਦੇਖ ਲਓ ਕਾਰਬੀ ਐਂਗਲੌਂਗ ਜਸਤ ਦਿਮਹਾਸਾਉ ਦੇ ਉੱਪਰ ਹੈ ਤੇ ਬੋਡੋ ਲੈੰਡ ਦੇ ਥੋੜਾ ਜਿਹਾ ਨੀਚੇ ਹੈ ਤੇ ਈਸਟਰਨ ਸਾਈਡ ਤੇ ਹੈ ਫਿਰ ਆਪਾਂ ਦੇਖ ਲੈਨੇ ਮੇਘਾਲੇ ਦਾ ਦੇਖੋ ਮੇਘਾਲੇ ਦਾ ਤੋਂਸੀ ਗਾਰੋ ਖਾਸੀ ਜੈਨਤਿਆ ਤਿੰਨ ਹिल्स ਨੇ ਪੜਦੇ ਆ ਮੋਸਨ ਰੋਮ ਇੱਥੇ ਹੈ ਚੇਰਾ ਪੁੰਜੀ ਇੱਥੇ ਹੈ ਕਿਉਂਕਿ ਇਹ ਤਿੰਨ ਹिल्स ਐਦਾਂ ਕਵਰ ਕਰਦੇ ਨੇ ਇੱਕ ਕੋਰਨਰ ਜਿਹਾ ਬਣਾਉਂਦੇ ਨੇ ਤੇ ਬਾਰਿਸ਼ ਉੱਥੇ ਆਂਦੀ ਹੈ ਫਸ ਜਾਂਦੀ ਹੈ ਤੇ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਤਿੰਨੋਂ ਪਾਸਿਆਂ ਤੋਂ ਇਹ ਏਰੀਆ ਪਹਾੜਾਂ ਨਾਲ ਕਿਰਾ ਰਹਿੰਦਾ ਹੈ ਇਹ ਹੀ ਹिल्स ਦੇ ਨਾਮ ਤੇ ਇਹ ਪੂਰਾ ਆਲਮੋਸਟ ਪੂਰਾ ਪੂਰਾ ਮੇਘਾਲਾ ਡਿਵਾਈਡਡ ਹੈ 3 ADCਸ ਵਿੱਚ ਗਾਰੋ ਹिल्स ਖਾਸੀ ਹिल्स ਤੇ ਜੈਂਤਿਆ ਹिल्स 3 ADCਸ ਨੇ ਤਾਂ ਅਸਾਮ ਵਿੱਚ 3 ADC ਹੋਗੇ ਮੇਘਾਲਾ ਵਿੱਚ 3 ADC ਹੋਗੇ ਤ੍ਰਿਪੁਰਾ ਦੀ ਆਪਾਂ ਗੱਲ ਕੀਤੀ ਸੀ ਤ੍ਰਿਪੁਰਾ ਟ్రਾਈਬਲ ਏਰੀਆਜ਼ ਆਟੋਨਮਸ ਡਿਸਟ੍ਰਿਕਟ ਕਾਉਂਸਲ TD TT AADC ਦੀ ਗੱਲ ਕੀਤੀ ਸੀ ਕਿ ਥਿਸ ਓਕਿਊਪਾਈਸ 70% ਆਫ ਦੀ ਟੋਟਲ ਏਰੀਆ ਆਫ ਦੀ ਸਟੇਟ ਆਫ ਤ੍ਰਿਪੁਰਾ ਠੀਕ ਹੈ ਤੇ ਇੱਥੇ ਵੀ ਇੰਡੀਪੈਂਡੈਂਟ ਵਰਕਿੰਗ ਹੈ ਸਟਿਲ ਅਥਾਰਟੀ ਲੋਕਲ ਪਾਰਟੀ ਹੈ ਟ్రਾਈਬਲ ਪਾਰਟੀ ਹੈ ਇੰਡੀਜਨਸ ਕਮਿਊਨਿਟੀਜ਼ ਦੀ ਪਾਰਟੀ ਹੈ ਉਹ ਕਹਿੰਦੀ ਹੈ ਕਿ ਸਾਨੂੰ ਗ੍ਰੇਟਰ ਤ੍ਰਿਪੁਰਾ ਲੈਂਡ ਚਾਹੀਦਾ ਹੈ ਗ੍ਰੇਟਰ ਤ੍ਰਿਪੁਰਾ ਤੇ ਐਡੀਸੀਜ਼ ਦੇ ਇਸ਼ੂਸ ਨੇ ਦੇਖੋ ਦੇ ਵਾਂਟ ਸਟੇ ਫੁੱਲ ਸਟੇਟhood ਫੁੱਲ ਸਟੇਟhood ਵਿੱਚ ਤੁਹਾਡੇ ਨਾਟ ਜਸ ਟ్రਾਈਬਸ ਰਿਲੇਟਡ ਬਟ ਹੋਰ ਗਵਰਨੈਂਸ ਰਿਲੇਟਡ ਪੋਲੀਟੀ ਰਿਲੇਟਡ ਜਿਹੜੇ ਇਸ਼ੂਸ ਨੇ ਉਹ ਵੀ ਸਬਜੈਕਟਸ ਇਹਨਾਂ ਨੂੰ ਮਿਲਣ ਇਹ ਫੁੱਲ ਐਜ਼ ਅ ਸਟੇਟ ਅਨਦਰ ਫਿਰ सेंटिनल ਵੀ ਰਿਲੇਸ਼ਨਸ ਅੱਛੇ ਹੋਣਗੇ ਠੀਕ ਹੈ ਤੇ ਉਹ ਡਿਮਾਂਡ ਕੀਤੀ ਜਾ ਰਹੀ ਹੈ ਬਟ ਡਿਮਾਂਡ ਹੀ ਚੱਲ ਰਹੀ ਹੈ ਹਜੇ ਨਨਾਂ ਨੂੰ ਕੁਝ ਦਿੱਤਾ ਤਾਂ ਨਹੀਂ ਗਿਆ ਤੇ ਇਸ ਤੋਂ ਬਾਅਦ ਆਂਦਾ ਹੈ ਮਿਜ਼ੋਰਮ ਮਿਜ਼ੋਰਮ ਇਜ਼ ਦ ਸਦਰਨ ਮੋਸਟ ਸਟੇਟ ਆਫ ਨਾਰਥ ਈਸਟ ਦੇਖੋ ਤ੍ਰਿਪੁਰਾ ਪੂਰੇ ਤੋਂ ਪੂਰਾ ਨਾ ਆ ਚੀਜ਼ ਇਹ ਬੰਗਲਾਦੇਸ਼ ਵਿੱਚ ਵੜਿਆ ਵਿਆ ਇਦਾਂ ਤੇ نیچے ਆ ਆ ਰਿਹਾ ਆਪਣਾ ਮਿਜ਼ੋਰਮ ਇਧਰ ਉਹ ਮਾਇਨਮਾਰ ਨਾਲ ਲੱਗ ਰਿਹਾ ਹੈ ਇਧਰ ਉਹ ਬੰਗਲਾਦੇਸ਼ ਨਾਲ ਲੱਗ ਰਿਹਾ ਹੈ ਤੇ ਇਹਦੇ ਬਿਲਕੁਲ ਇੱਕ ਤਾਂ ਇਹ ਖੁਦ ਸਦਨ ਸਦਨ ਮੋਸਟ ਹੈ ਉਹਦੇ નીચે ਬਿਲਕੁਲ નીચે ਤਿੰਨ ਐਡੀਸੀਸ ਆਂਦੇ ਨੇ ਚਕਮਾ ਲਾਏ ਤੇ ਮਾਰਾ ਚਕਮਾ ਲਾਏ ਮਾਰਾ ਟ੍ਰਾਈਬਸ ਦਾ ਵੀ ਨਾਮ ਹੈ ਤੇ ਉਹ ਟ੍ਰਾਈਬਸ ਦੀ ਹੀ ਇਹ ਐਡੀਸੀਸ ਬਣੀਆਂ ਹੋਈਆਂ ਨੇ ਇੱਥੇ ਇਹੀ ਟ੍ਰਾਈਬਸ ਇੰਡੀਪੈਂਡੈਂਟਲੀ ਵਰਕ ਕਰਦੀਆਂ ਨੇ ਲਾਇ ਹਰੋਬਾ ਤੁਸੀਂ ਆਰਡਨ ਕਲਚਰ ਵਿੱਚ ਜਿਹੜੇ ਨਾਰਥ-ਈਸਟ ਦੇ ਵਿੱਚ ਜਿਹੜੇ ਟ੍ਰੈਂਡ ਚੱਲਿਆ ਸੀ ਕਿਉਂਕਿ ਯੂਪੀਐਸਸੀ ਬਹੁਤ ਨਾਰਥ-ਈਸਟ ਦੇ ਫੈਸਟੀਵਲਸ ਤੇ ਸਵਾਲ ਪੁੱਛਰੀ ਸੀਗੀ ਤਾਂ ਲਾਇ ਹਰੋਬਾ ਸੀਗੀ ਤੇ ਇਫ ਯੂ ਨੋ ਦ ਨੇਮਸ ਆਫ ਦਿਸ ਐਡੀਸੀਸ ਤਾਂ ਤੁਹਾਨੂੰ ਪਤਾ ਲੱਗਿਆ ਕਿ ਇੱਥੇ ਟ੍ਰਾਈਬਸ ਕਿਹੜੀਆਂ ਨੇ ਟ੍ਰਾਈਬਸ ਪਤਾ ਹੈ ਤਾਂ ਤੁਹਾਨੂੰ ਪਤਾ ਲੱਗਿਆ ਕਿ ਫੈਸਟੀਵਲਸ ਵੀ ਉਹਦੇ ਨਾਮ ਤੇ ਹੀ ਹੈ ਤਾਂ ਮੋਰਰਲੈਸ ਤੁਸੀਂ ਵਰਡਸ ਦੇਖ ਕੇ ਨਾ ਤੁਸੀਂ ਇਹ ਡਿਡਿਊਸ ਕਰ ਸਕਦੇ ਹੋ ਕਿ ਐਲੀਮੀਨੇਸ਼ਨ ਕਰ ਸਕਦੇ ਹੋ ਕਿ ਇਹ ਜਿਹੜਾ ਹੈ ਇਹ ਮਿਜ਼ੋਰਮ ਦੀ ਗੱਲ ਹੋ ਰਹੀ ਹੈ ਠੀਕ ਹੈ ਨੈਕਸਟ ਆਪਾਂ ਦੇਖ ਲੈਣੇ ਆ ਥਰਡ ਜਿਹੜੀ ਆਪਣੀ ਨਿਊਜ਼ ਹੈ ਕਨ ਸਰਵੇਸ਼ਨ ਨਾਲ ਰਿਲੇਟਡ ਚੀਤਨ ਨਾਲ ਰਿਲੇਟਡ ਤੁਹਾਨੂੰ ਪਿਛਲੇ ਹੁਣੇ ਕੁਝ ਦਿਨ ਪਹਿਲਾਂ ਦੱਸਿਆ ਸੀਗਾ ਕਿ 12 ਜਿਹੜੇ ਚੀਤੇ ਨੇ ਉਹਨਾਂ ਨੂੰ ਕੁਆਰੰਟਾਈਨ ਚੋਂ ਵਾਈਲਡ ਵਿੱਚ ਕੱਢ ਦਿੱਤਾ ਗਿਆ ਹੈ ਠੀਕ ਹੈ 8 ਆਲਰੇਡੀ ਵਾਈਲਡ ਵਿੱਚ ਸੀਗੇ ਤਾਂ ਟੋਟਲ ਹੁਣ 20 ਚੀਤੇ ਹੋਗੇ ਨੇ ਵਾਈਲਡ ਵਿੱਚ ਮਤਲਬ ਜੰਗਲਾਂ 'ਚ ਕੁਆਰੰਟਾਈਨ ਮਤਲਬ ਜਦੋਂ ਇਹ ਜਿਹੜੇ ਚੀਤੇ ਨੇ ਇਹ ਅਫਰੀਕਨ ਬਰੀਡ ਹੈ ਅਫਰੀਕਨ ਚੀਤਾ ਹੈ ਤਾਂ ਉਹ افریقਾ ਤੋਂ ਜਦ ਇੱਥੇ ਆਏਗਾ ਤੇ ਇੱਥੋਂ ਦੇ ਕਲਾਈਮੇਟ ਨਾਲ ਉਹ ਐਡਜਸਟ ਕਰ ਜੇ ਇੱਥੋਂ ਦੇ ਮੌਸਮ ਨਾਲ ਐਡਜਸਟ ਕਰ ਜੇ ਮਰ ਨਾ ਜਾਵੇ ਇੰਨੀ ਦੂਰੋਂ ਚੱਲ ਕੇ ਆਇਆ ਫਲਾਈਟ ਲੈ ਕੇ ਆਇਆ ਤਾਂ ਉਹਨੂੰ ਕੁਝ 15 20 ਦਿਨ ਜਾਂ ਕੁਝ ਮਹੀਨੇ ਦਾ ਟਾਈਮ ਮੈਨੂੰ ਪਤਾ ਨਹੀਂ ਹੈ ਬਟ ਕੁਝ ਟਾਈਮ 15 20 ਦਿਨ ਜਾਂ 1 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਜਿੱਥੇ ਉਹ ਉਰੇਵਾ ਕੇ ਐਡਜਸਟ ਕਰੇ ਜੈਟ ਲੈਗ ਨਾ ਹੋਵੇ ਠੀਕ ਹੈ ਜੋ ਵੀ ਹੁੰਦਾ ਹੈ ਪਲੱਸ ਇੱਥੋਂ ਦੇ ਵੀ ਜਿਹੜਾ ਆਪਣੇ ਨਾਲ ਜਰਮਸ ਲੈ ਕੇ ਆਇਆ ਕੁਝ ਵੀ ਐਸਾ ਦਾ ਵੈਕਸੀਨੇਸ਼ਨ ਕੀਤੀ ਜਾਂਦੀ ਹੈ ਬਟ ਸਟਿਲ ਕੁਆਰੰਟੀਨ ਰੱਖਿਆ ਜਾਂਦਾ ਜਿਵੇਂ ਆਪਾਂ ਪੈਂਡੈਮਿਕ ਵਿੱਚ ਆਪਾਂ ਤਾ ਇਹ ਚੀਜ਼ ਹੈ ਕਿ ਜੇ ਕੋਈ ਜਰਮਸ ਲੈ ਕੇ ਆ ਵੀ ਰਿਹਾ ਹੈ ਤਾਂ ਉਹ 15 ਦਿਨ ਵਿੱਚ ਉਹ ਉੱਡ ਜਾਣਗੇ ਖਤਮ ਹੋ ਜਾਣਗੇ ਉਹਦਾ ਇਫੈਕਟ ਤਾਂ ਇਹਦੇ ਨਾਲ ਰਿਲੇਟਡ ਆਪਾਂ ਅਗੇਨ ਥੋੜਾ ਰਿਵਾਈਜ਼ ਕਰ ਲਈ ਇਹਦੇ ਰਿਲੇਟਡ ਆਰਟੀਕਲ ਓਪਿਡ ਵਿੱਚ ਆਇਆ ਹੈ ਇਹ ਆਰਟੀਕਲ ਜਿਹੜਾ ਕਹਿੰਦਾ ਹੈ ਕਿ ਚੀਤਾ ਇਜ਼ ਵੈਰੀ ਇੰਪੋਰਟੈਂਟ ਫਾਰ ਬਾਇਓਡਾਈਵਰਸਿਟੀ ਮੇਨਟੇਨੈਂਸ ਜੇ ਚੀਤਾ ਇੱਕ ਪ੍ਰੇਡੇਟਰੀ ਸਪੀਸੀਜ਼ ਹੈ ਉਹ ਦੂਜੇ ਜਾਨਵਰਾਂ ਤੇ ਅਟੈਕ ਕਰਕੇ ਉਹਨਾਂ ਨੂੰ ਖਾਂਦਾ ਹੈ ਡੀਅਰ ਨੂੰ ਖਾਂਦਾ ਹੈ ਤੇ ਜੇ ਚੀਤਾ ਦੀ ਖੁਦ ਜੀ ਜਿਹੜੀ ਬਰੀਡ ਹੈ ਦੇਖੋ यूपीएससी ਵਿੱਚ ਨਾ ਜਦੋਂ ਕੁਐਸਚਨ ਹੈਗਾ ਨਾ ਚੀਤਾ ਤੇ ਤਾਂ ਇਹਦੇ ਨਾਲ ਬੜੇ ਕਨਫਿਊਜ਼ਿੰਗ ਸਟੇਟਮੈਂਟਸ ਹੋਣਗੇ ਕਿ ਇੱਕ ਪ੍ਰੇਡੇਟਰੀ ਸਪੀਸੀਜ਼ ਹੈ ਇਹ ਦੂਸਰੀ ਸਪੀਸੀਜ਼ ਨੂੰ ਅਟੈਕ ਕਰਕੇ ਖਾਂਦਾ ਹੈ ਤਾਂ ਇਹ ਬਾਇਓਡਾਈਵਰਸਿਟੀ ਦੇ ਅਗੇਂਸਟ ਹੈ ਠੀਕ ਹੈ ਦੇਖੋ ਦੂਸਰੀ ਪ੍ਰਜਾਤੀਆਂ ਖਤਮ ਹੋਣ ਗਿਆ ਬਾਇਓਡਾਈਵਰਸਿਟੀ ਦੇ ਅਗੇਂਸਟ ਹੈ ਬਟ ਨਹੀਂ ਪ੍ਰੋਜੈਕਟ ਚੀਤਾ ਜਿਹੜਾ ਹੈ ਕੋਈ ਵੀ ਜਿਹੜੀ ਅਜੇ ਸਕੀਮ ਆਈਗੇ ਨਾ ਹੁਣ ਜਿਵੇਂ ਪ੍ਰੋਜੈਕਟ ਚੀਤੇ ਦੀ ਗੱਲ ਹੋ ਰਹੀ ਹੈ चीतेरे अगेंस्ट कोई भी नेगेटिव स्टेटमेंट जे ਤੁਹਾਨੂੰ ਦਿਖ ਰਿਹਾ ਹੈ ਉਹ ਤੁਸੀਂ ਨਹੀਂ ਟਿਕ ਕਰਨਾ ਹੈ 올 पॉजिटिव स्टेटमेंट्स बायोडाइवर्सिटी ਵਧ ਰਹੀ ਹੈ यस ठीक है लोकल कम्युनिटीज ਨੂੰ ਫਾਇਦਾ ਹੋਏਗਾ यस ਉਹਨਾਂ ਦੇ ਕਨ ਸਰਵੇਸ਼ਨ ਐਫਰਟਸ ਕੰਟ੍ਰਿਬਿਊਟ ਕਰਨਗੇ यस डू नॉट टिक एनी नेगेटिव स्टेटमेंट ਵਿਦ ਰਿਸਪੈਕਟ ਟੂ ਥਿਸ ਪ੍ਰੋਜੈਕਟ ਅਲਟੀਮੇਟਲੀ ਲਿੰਕ ਹੋ ਕੇ ਰ ਸਭ ਕੁਝ ਪੋਜ਼ਿਟਿਵ ਹੀ ਹੋ ਰਿਹਾ ਹੈ ਦੇਖੋ ਚੀਤਾ ਜੇ ਐਕਸਟਿੰਕਟ ਹੋ ਰਿਹਾ ਹੈ ਤਾਂ ਉਹਦੀ ਆਪਦੀ ਵੀ ਤਾਂ ਇੱਕ ਬਰੀਡ ਉਹਦੇ ਆਪਦੀ ਵੀ ਤਾਂ ਜੀਨਸ ਨੇ ਜਿਹੜੇ ਬਾਇਓਡਾਈਵਰਸਿਟੀ ਤੋਂ ਐਲੀਮੀਨੇਟ ਹੋ ਰਹੇ ਨੇ ਜੀਨਸ ਦੀ ਬਾਇਓਡਾਈਵਰਸਿਟੀ ਤੋਂ ਤਾ ਚੀਤੇ ਦੀ ਆਪਦੀ ਜੇ ਚੀਤਾ ਐਗਜ਼ਿਸਟ ਕਰੇਗਾ ਉਹਨੂੰ ਤੁਸੀਂ ਪ੍ਰੇਡੇਟਰੀ ਬਿਹੇਵੀਅਰ ਤੇ ਨਾਲ ਲਿੰਕ ਕਰੋ ਉਹਦੀ ਆਪਦੀ ਜੇ ਇੱਕ ਪ੍ਰਜਾਤੀ ਪੂਰੀ ਨਸ਼ਟ ਹੋ ਜਾਏਗੀ ਤਾਂ ਉਹ ਬਾਇਓਡਾਈਵਰਸਿਟੀ ਲਈ ਇੱਕ ਮਾੜੀ ਗੱਲ ਹੈ ਠੀਕ ਹੈ ਇਟਸ ਅ ਕੀ ਸਟੋਨ ਕੀ ਸਟੋਨ ਤਾਂ ਮੈਨੂੰ ਪਤਾ ਨਹੀਂ ਬਟ ਇਹ ਹੈ ਜੀ ਇੱਕ ਪ੍ਰਜਾਤੀ ਠੀਕ ਹੈ ਜੋ ਇੱਕ ਫੂਡ ਚੇਨ ਦੇ ਉੱਪਰਲੇ ਲੈਵਲ ਤੇ ਆਂਦੀ ਹੈ ਠੀਕ ਹੈ ਉਹ ਖਤਮ ਹੋ ਰਹੀਏ ਤੇ ਇਟ ਇਟ ਵਿਲ ਡਿਸਟਰਬ ਦ ਬਾਇਓਡਾਈਵਰਸਿਟੀ ਚੇਨ of ecosystem ਤਾਂ ਆਪਾਂ ਨਿਊਜ਼ ਦੁਬਾਰਾ ਇੱਕ ਵਾਰ ਰਿਵਾਈਜ਼ ਕਰ ਲਈਏ ਕਿ ਪ੍ਰੋਜੈਕਟ ਚੀਤਾ ਦੇ ਅੰਡਰ ਅਸੀਂ ਕਿਆ ਸੀਗਾ ਕਿ ਹਾਂ ਇਹਦੇ 12 ਜਿਹੜੇ ਵਾਈਲਡ ਕੈਟਸ ਇਹਨਾਂ ਨੂੰ ਚੀਤਾ ਨੂੰ ਹੀ ਵਾਈਲਡ ਕੈਟਸ ਕਹਾ ਜਾਂਦਾ ਕਿ ਇਹ ਆਈਆਂ ਸੀਗੀਆਂ ਤੇ ਹੁਣ ਇਹਨਾਂ ਨੂੰ ਵਾਈਲਡ ਵਿੱਚ ਜੰਗਲਾ ਵਿੱਚ ਰੀਲੀਜ਼ ਕਰ ਦਿੱਤਾ ਗਿਆ 20 ਹੋ ਗਏ ਨੇ ਟੋਟਲ ਕਿੱਥੇ ਹੋ ਰਹੀ ਹੈ ਇਹ ਗੱਲ ਇਹ ਗੱਲ ਹੋ ਰਹੀ ਹੈ ਕੂਨੋ نیشنل پارک ਵਿੱਚ پارک ਬਾਰੇ ਆਪਾਂ ਦੇਖਦੇ ਹਾਂ ਪਹਿਲਾਂ ਆਪਾਂ ਦੇਖੀਏ ਕਿ ਕਿਹੜੇ ਚੀਤੇ ਦੀ ਗੱਲ ਹੋ ਰਹੀ ਹੈ ਇੰਡੀਆ ਵਿੱਚ ਜਿਹੜਾ ਚੀਤਾ ਮਿਲਦਾ ਹੈ ਉਹ ਇਹ ਹੈ ਏਸ਼ੀਆਟਿਕ ਚਿਤਾ ਇਹ ਖਤਮ ਹੋ ਚੁੱਕਿਆ ਹੈ ਇੰਡੀਆ ਵਿੱਚ ਤੇ ਇਹ ਵੈਸੇ ਪੂਰੇ ਏਸ਼ੀਆ ਵਿੱਚ ਮਿਲਦਾ ਸੀਗਾ ਇੰਡੀਆ ਵਿੱਚ ਖਤਮ ਹੋ ਚੁੱਕਿਆ ਹੈ ਤੇ ਅੱਜ ਦੇ ਤਰੀਕ ਵਿੱਚ ਇਹ ਏਸ਼ੀਆ ਵਿੱਚ ਵੀ ਆਲਮੋਸਟ ਖਤਮ ਹੋ ਚੁੱਕਿਆ ਹੈ ਸਿਰਫ ਇਰਾਨ ਵਿੱਚ ਮਿਲਦਾ ਹੈ ਠੀਕ ਹੈ ਤੇ ਇੰਡੀਆ ਦਾ ਜਿਹੜਾ ਕਲਾਈਮੇਟ ਹੈ ਉਹ ਵੈਸੇ ਇਹ ਵਾਲੀ ਦੀ ਬਰੀਡ ਹੈ ਚੀਤੇ ਦੀ ਉਹਦੇ ਲਈ ਬਿਲਕੁਲ ਠੀਕ ਹੈ ਤਾਂ ਪਹਿਲਾਂ ਇੰਡੀਆ ਪਲਾਨ ਕਰ ਰਹੀ ਸੀ ਕਿ ਅਸੀਂ ਇਰਾਨ ਤੋਂ ਲਿਆਣੇ ਆ ਬਟ ਦੈਨ ਵੀ ਗਾਟ ਟੂ ਨੋ ਕਿ ਇਰਾਨ ਵਿੱਚ ਵੀ ਸੈਂਕੜਾ ਦੀ ਤਦਾਦ ਚਿੰਨੇ ਕੁਝ 100 ਇੰਡੀਵਿਜੂਅਲਸ ਹੀ ਬਚੇ ਨੇ ਤੇ ਜੇ ਇਥੋਂ ਲੈ ਕੇ ਆਵਾਂਗੇ ਤਾਂ ਉਹਨਾਂ ਦੀ ਉੱਥੇ ਪੋਪੂਲੇਸ਼ਨ ਨੂੰ ਖਤਰਾ ਹੋ ਜਾਏਗਾ ਕਿਤੇ ਉੱਥੇ ਨੈਕਸਟਿੰਕਟ ਹੋ ਜਾਣ ਇਸ ਲਈ ਅਸੀਂ ਕਿਹਾ ਕਿ ਚਲੋ ਏਸ਼ੀਆਟਿਕ ਚੀਤਾ ਛੱਡ ਦਿੰਨੇ ਆ ਆਪਾਂ ਦੂਸਰੀ ਬਰੀਡ ਲਿਆਣੇ ਆ ਆਫਰੀਕਨ ਚੀਤਾ ਹੁਣ ਆਫਰੀਕਾ ਜਿਹੜਾ ਕਲਾਈਮੇਟ ਹੈ ਥੈਟ ਇਸ ਸੂਟੇਬਲ ਫਾਰ ਥਿਸ ਬਰੀਡ ਬਟ ਸ਼ਾਇਦ ਇੰਡੀਆ ਦਾ ਕਲਾਈਮੇਟ ਸੂਟੇਬਲ ਨਾ ਹੋਵੇ ਇਸ ਲਈ ਕੁਆਰੰਟਾਈਨ ਵਿੱਚ ਰੱਖਿਆ ਗਿਆ ਥੋੜਾ ਐਡਜਸਟ ਕਰਵਾਇਆ ਗਿਆ ਤੇ ਇਹ ਇਨਸ਼ੋਰ ਕੀਤਾ ਗਿਆ ਕਿ ਇਹ ਵਾਲੀ ਬਰੀਡ ਵੀ ਇੰਡੀਆ ਦੇ ਕਲਾਈਮੇਟ ਵਿੱਚ ਐਡਜਸਟ ਹੋ ਜਾਏ ਹੁਣ ਦੇਖੋ ਇੰਡੀਆ ਦੀ ਸਪੈਸ਼ialਟੀ ਹੈ ਕਿ ਇੰਡੀਆ ਵਿੱਚ ਕਲਾਈਮੇਟ ਦੀ ਬਹੁਤ ਜ਼ਿਆਦਾ ਵੈਰਾਈਟੀ ਹੈ ਤੁਸੀਂ ਆਫਰੀਕਾ ਵੀ ਜਿਹਾ ਜਿਹਾ ਵੀ ਇਹਨੂੰ ਕਲਾਈਮੇਟ ਚਾਹੀਦਾ ਹੈ ਉਹੀ ਕਲਾਈਮੇਟ ਇੰਡੀਆ 'ਚ ਇੱਥੇ ਲੱਭਿਆ ਗਿਆ ਵੀ ਕਿੱਥੇ ਹੈ ਤੇ ਕਿੱਥੇ ਸਰਵਾਈਵ ਕਰੇਗਾ ਤਾਂ ਪਤਾ ਚੱਲਿਆ ਕਿ ਕੂਨੋ ਨੈਸ਼ਨਲ ਪਾਰਕ ਹੈ Madhya Pradesh ਦੇ ਇੱਧਰ Morena ਤੇ Shivpur ਦੇਖੋ ਨਾਮ ਯਾਦ ਰੱਖ ਲਓ Shivpur ਤੇ ਮੋਰੇਨਾ ਡਿਸਟ੍ਰਿਕਟਸ ਨੇ ਜਿੱਥੇ ਡਰਾਇ ਡੈਸੀਡਿਊਸ ਫੋਰੈਸਟਸ ਮਿਲਦੇ ਨੇ ਠੀਕ ਹੈ ਲੋਕਲ ਨਾਮ ਇਹਨਾਂ ਦਾ ਕੀ ਹੈ ਕਾਠਿਆਵੜ ਗੀਰ ਡਰਾਇ ਡੈਸੀਡਿਊਸ ਫੋਰੈਸਟ ਜਿਹੜੇ ਕਿ ਜਿੱਥੇ ਇਹ ਹੈ ਜੇ ਅ ਅਫਰੀਕਨ ਚਿਤਾ ਸਰਵਾਈਵ ਕਰ ਸਕਦਾ ਹੈ ਤੇ ਇਸ ਲਈ ਇੱਥੇ ਇਹਨਾਂ ਨੂੰ ਲੈ ਕੇ ਆਂਦਾ ਜਾ ਰਿਹਾ ਹੈ ਤੇ ਇੱਥੋਂ ਦੀ ਜਿਹੜੀ ਟ੍ਰਾਈਬ ਹੈ ਸਹਾਰੀਆ ਟ੍ਰਾਈਬ ਕੋਨੋ ਨੈਸ਼ਨਲ ਪਾਰਕ ਚ ਜਿਹੜੀ ਟ੍ਰਾਈ ਪਾਈ ਜਾਂਦੀ ਹੈ ਨੈਸ਼ਨਲ ਪਾਰਕ ਤੇ ਉਹਦੇ ਆਸਪਾਸ ਜਿਹੜੇ ਸ਼ਹਿਰ ਸ਼ਹਿਰ ਦੀ ਪੂਰੀ ਗੱਲ ਕੀਤੀ ਜਾ ਰਹੀ ਹੈ ਡੈਮੋਗ੍ਰਾਫੀ ਦੀ ਸਹਾਰਿਆ ਟ੍ਰਾਈ ਪਾਈ ਜਾਂਦੀ ਹੈ ਕੂਨੋ ਰਿਵਰ ਇਹ ਕੂਨੋ ਨੈਸ਼ਨਲ ਪਾਰਕ ਤੋਂ ਫਲੋ ਹੁੰਦੀ ਹੈ ਫੋਰੈਸਟ ਦਾ ਟਾਈਪ ਦੱਸਤਾ ਤੇ ਇਹ ਜਿਹੜਾ ਪਾਰਕ ਹੈ ਨੈਸ਼ਨਲ ਪਾਰਕ ਡਿਕਲੇਰ ਹੋਇਆ 2018 ਵਿੱਚ ਲੇਟੈਸਟ ਠੀਕ ਹੈ ਤੇ ਹੁਣ ਆਪਾਂ ਥੋੜੀ ਬਰੀਡ ਦਾ ਡਿਫਰੈਂਸ ਦੇਖ ਲਈ ਤੁਸੀਂ ਦੇਖੋ ਇੱਕ ਤਾਂ ਤੁਸੀਂ ਸ਼ਕਲ ਦੇਖੋ ਜਿਹੜਾ ਏਸ਼ੀਆਟਿਕ ਹੈ ਵੈਰੀ ਥਿਨ ਲਾਈਨਸ ਬਲੈਕਿਸ਼ ਜਿਹੜੀ ਨਲਾਈਨਸ ਨੇ ਵੈਰੀ ਥਿਨ ਤੇ ਇਹ ਜਿਹੜਾ ਆਫਰੀਕਨ ਹੈ ਇਹਦੀ ਦੇਖੋ ਬੜੀ ਥਿਕ ਬਲੈਕਿਸ਼ ਬਲੈਕਿਸ਼ ਲਾਈਨਸ ਨੇ ਤੇ ਆਈਜ਼ ਦਾ ਕਲਰ ਦੇਖੋ ਜਿਹੜੀ ਇਹਦੀਆਂ ਰੈਡੀਸ਼ ਨੇ ਠੀਕ ਹੈ ਤੇ ਜਿਹੜੀ ਇਹਦੀਆਂ ਨੇ ਉਹ ਪੀਲੇ ਪੰਚ ਨੇ ਜਸਟ ਫॉर ਯੋਰ ਓਨ ਇੰਟਰਸਟ ਮੈਂ ਦੱਸ ਰਹੀਆ ਇਹਦਾ ਵੈਸੇ ਐਗਜ਼ਾਮ ਵਿੱਚ ਮੇਰੇ ਖਿਆਲ ਨਾਲ ਇਹ ਨਹੀਂ ਆਣਾ ਚਾਹੀਦਾ ਤੇ ਨਾਮ ਦੇਖ ਲਓ ਸਾਇੰਟੀਫਿਕ ਨੇਮ ਆਫrican ਚੀਤੇ ਦਾ ਹੈ ਐਸੀ ਨੋਨਿਕਸ ਜੂਬੈਟਰਸ ਨਾਮ ਨਹੀਂ ਆਏਗਾ ਬਟ ਜਸਟ ਰਿਮੈਂਬਰ ਏ ਤੇ ਜੇ ਨਾਮ ਯਾਦ ਰੱਖ ਲਓ ਇਲੀਮੀਨੇਸ਼ਨ ਆਏਗੀ ਤੁਸੀਂ ਖੁਦ ਨਹੀਂ ਲਿਖ ਕੇ ਆਣਾ ਤਾਂ ਏ ਜੇ ਨਾਮ ਰੱਖ ਲਿਓ ਆਫrican ਕੰਟੀਨੈਂਟ ਵਿੱਚ ਪਾ ਜਾਂਦਾ ਹੈ ਆਫਰੀਕਾ ਵਿੱਚ ਇਹਦੀ ਤਦਾਦ ਬਹੁਤ ਜ਼ਿਆਦਾ ਤਾਂ ਜੇ ਆਪਾਂ ਕੁਝ ਇੰਡੀਵਿਜੂਅਲਸ ਇੱਥੇ ਲੈ ਵੀ ਆਵੋਗੇ ਤਾਂ ਉੱਥੋਂ ਦੀ ਪੋਪੂਲੇਸ਼ਨ ਨੂੰ ਕੋਈ ਫਰਕ ਨਹੀਂ ਪੈਣਾ ਉਹ ਹਜ਼ਾਰਾਂ ਦੀ ਤਦਾਦ ਵਿੱਚ ਹੈ ਤੇ IUCN ਸਟੇਟਸ ਕੀ ਤੁਹਾਨੂੰ ਪਤਾ ਹੈ IUCN ਲਿਸਟ ਕੱਢਦੀ ਹੈ ਜਿਸ ਵਿੱਚ ਕ੍ਰਿਟੀਕਲੀ ਐਂਡੇਂਜਰਡ ਐਕਸਟਿੰਕਟ ਵਲਰੇਬਲ ਐਂਡੇਂਜਰਡ ਨਾਟ ਨੋ ਕਨਸਰਨ ਇੱਕ ਕੈਟਾਗਰੀ ਵਿੱਚ ਉਹਨੂੰ ਵੰਡਿਆ ਜਾਂਦਾ ਹੈ ਤੇ ਇਸ ਵਿੱਚ ਵੀ ਇਹ ਵਲਨਰੇਬਲ ਹੀ ਹੈ ਜਦੋਂ ਕਿ ਜਿਹੜੀ ਈਰਾਨ ਜਿਹੜੀ ਆਪਣਾ ਏਸ਼ੀਆਟਿਕ ਚਿਤਾ ਹੈ ਜਿਹੜਾ ਕਿ ਸਿਰਫ ਈਰਾਨ ਵਿੱਚ ਹੀ ਰਹਿ ਗਿਆ ਜਿਹੜਾ ਉਸ ਉੱਥੇ ਵੀ ਸਿਰਫ ਸੈਂਕੜਾਂ ਦੀ ਤਦਾਦ ਵਿੱਚ ਰਹਿ ਗਿਆ ਹੈ ਉਥੇ ਇਹ ਨੂੰ ਫਿਰ IUCN ਨੇ ਕ੍ਰਿਟੀਕਲੀ ਐਂਡੇਂਜਰਡ ਕੈਟਾਗਰੀ ਵਿੱਚ ਇਹਨੂੰ ਪਾਤਾ ਹੈ ਖਤਰਾ ਹੈ ਬਹੁਤ ਤੇ ਅਫਰੀਕਨ ਹੈ ਵਲਨਰੇਬਲ ਵਿੱਚ ਹੀ ਤੇ ਸਾਈਡਸ ਤੇ ਡਬਲੂ ਪੇ ਦਾ ਦੋਨੋਂ ਦਾ ਸਟੇਟਸ ਸੇਮ ਹੈ ਇਹ ਯਾਦ ਰੱਖਣਾ ਜੋ ਵੀ ਸਟੇਟਸ ਹੈ ਅਪੈਂਡਿਕਸ 1 ਸ਼ੈਡਿਊਲ 2 ਇਹ ਸਟੇਟਸ ਸੇਮ ਹੈ ਇਸ ਵਿੱਚ ਡਿਫਰੈਂਸ ਨਹੀਂ ਹੈ ਸਿਰਫ IUCN ਚ ਫਰਕ ਹੈ ਠੀਕ ਹੈ ਕਨੋਸ਼ਨਲ ਪਾਰਕ ਦਾ ਸਤਾ ਹੁਣ ਇਹ ਟੋਪਿਕ ਆਪਣਾ ਖਤਮ ਹੁੰਦਾ ਹੈ ਹੁਣ ਆਪਾਂ சிபிஏ ਨਾਲ ਰਿਲੇਟਡ 2021 ਵਿੱਚ ਮੇਨਸ ਕੀ ਸਵਾਲ ਆਇਆ ਸੀ ਇਹ ਦੇਖ ਲੈਣੇ ਆ ਸੀਬੀਆਈ ਦੀ ਜੂਰਿਸਡਿਕਸ਼ਨ ਤੇ ਆਇਆ ਸੀਗਾ ਕਿ ਦੇਖੋ ਐਫਆਈਆਰ ਜਿਹੜੀ ਫਾਈਲ ਕਰਦੀ ਹੈ ਸੀਬੀਆਈ ਠੀਕ ਹੈ ਉਸ ਚੋਂ ਇੱਕ ਪਰਟੀਕੂਲਰ ਸਟੇਟ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਇਹ ਜਿਹੜੀ ਪਰਮਿਸ਼ਨ ਇਹਨਾਂ ਨੇ ਆਪ ਹੀ ਕਹਤਾ ਕਿ ਇਹ ਐਬਸੋਲਿਊਟ ਨਹੀਂ ਹੈ ਠੀਕ ਹੈ ਤੇ ਇਹਨਾਂ ਨੇ ਕਿਹਾ ਕਿ ਐਕਸਪਲੇਨ ਕਰੋ ਕਿਵੇਂ ਐਕਸਪਲੇਨ ਵਿਦ ਸਪੈਸ਼ਲ ਰੈਫਰੈਂਸ ਟੂ ਦਾ ਫੈਡਰਲ ਕੈਰੈਕਟਰ ਤਾਂ ਤੁਸੀਂ ਸਾਰਾ ਕੁਝ ਉਹੀ ਦੱਸ ਦੋਗੇ ਸ਼ੁਰੂ ਕਰਾਂਗੇ ਕਿ ਹਾਂਜੀ सीबीआई ਜਿਹੜੀ ਹੈ ਉਹਨੂੰ ਇਟ ਇਜ਼ ਅ ਨਾਨ ਸਟੈਚੂਟਰੀ ਬੋਡੀ ਉਹਨੂੰ ਆਪਣੀ ਪਾਵਰ ਮਿਲਦੀਆਂ ਨੇ ਡੈਲੀ ਸਪੈਸ਼ਲ ਪੁਲਿਸ ਇਸਟੈਬਲਿਸ਼ਮੈਂਟ ਐਕਟ 1946 ਤੋਂ ਇਹ ਤੁਹਾਡੀ ਹੋਗੀ ਇੰਟਰੋਡਕਸ਼ਨ ਫਿਰ ਸਿੱਧਾ ਇੱਥੇ ਆਓ ਕਿ ਹਾਂਜੀ ਯੂਟਿਸ ਦੇ ਕੇਸ ਵਿੱਚ ਤਾਂ ਇਹ ਸੂ ਮੋਟੋ ਕਰ ਲੈਂਦੀ ਹੈ ਬਟ ਸਟੇਟ ਦੇ ਕੇਸਿਸ ਵਿੱਚ ਪਰਮਿਸ਼ਨ ਲੈਣੀ ਪੈਂਦੀ ਹੈ ਬਟ ਇਹ ਸਟੇਟ ਦੀ ਪਰਮਿਸ਼ਨ ਐਬਸੋਲਿਊਟ ਨਹੀਂ ਹੈ ਕਿਉਂਕਿ ਫਿਰ ਵੈਸਟ ਬੰਗਾਲ ਵਾਲਾ ਕੇਸ ਤੁਸੀਂ ਕੋਰਟ ਕਰ ਦੋ ਕਿ ਉੱਥੇ ਜਿਹੜਾ ਕੇਸ ਸੀਗਾ ਜਿਸ ਵਿੱਚ ਮਨਾ ਕੀਤਾ ਸਟੇਟ ਨੇ ਐਕਚੁਅਲੀ ਉਹ ਕੇਸ ਸੁਪਰੀਮ ਕੋਰਟ ਤੇ ਹਾਈ ਕੋਰਟ ਉੱਥੋਂ ਦੇ ਹਾਈ ਕੋਰਟ ਨੇ ਸੀਬੀਆਈ ਨੂੰ ਦਿੱਤਾ ਸੀ ਕੇਸ ਤਾਂ ਜਦੋਂ ਹਾਈ ਕੋਰਟ ਨੇ ਦਿੱਤਾ ਸੀਬੀਆਈ ਨੂੰ ਕੇਸ ਤਾਂ ਕਿਸੇ ਵੀ ਪੂਰੇ ਇੰਡੀਆ ਚ ਕਿਸੇ ਵੀ ਸਟੇਟ ਚੋ ਇਨਵੈਸਟੀਗੇਸ਼ਨ ਹੋਵੇ ਉੱਥੋਂ ਦੀ ਸਟੇਟ ਕੈਨ ਨਾਟ ਡਿਨਾਈ ਦੈਡ ਇਨਵੈਸਟੀਗੇਸ਼ਨ ਤਾਂ ਉਹ ਗਲਤ ਸੀਗਾ ਐਬਸੋਲਿਊਟ ਪਾਵਰ ਨਹੀਂ ਹੈ ਜੇ ਹਾਈ ਕੋਰਟ ਜਾਂ ਜੁਡੀਸ਼ਰੀ ਦਿੰਦੀ ਹੈ ਪਰਮਿਸ਼ਨ ਜੇ ਜੁਡੀਸ਼ਰੀ ਖੁਦ ਕਹਿੰਦੀ ਹੈ ਕਿ ਸੀਬੀਆਈ ਦੀ ਇਨਵੈਸਟੀਗੇਸ਼ਨ ਕਰੋ ਤਾਂ ਕੋਈ ਵੀ ਸਟੇਟ ਕੁਝ ਨਹੀਂ ਕਰ ਸਕਦਾ ਇਹ ਤੁਸੀਂ ਆਨਸਰ ਚ ਲਿਖਣਾ ਸੀਗਾ ਤੇ ਬਸ ਇੱਥੇ ਤੁਹਾਡਾ ਆਨਸਰ ਕੰਪਲੀਟ ਹੋਣਾ ਸੀਗਾ ਇਹਦੇ ਨਾਲ ਹੀ ਆਪਣਾ ਅੱਜ ਦਾ ਲੈਕਚਰ ਖਤਮ ਹੁੰਦਾ ਹੈ ਹੋਪਫੁਲੀ ਤੁਹਾਨੂੰ ਸੀਬੀਆਈ ਦਾ ਕਨਸੈਪਟ ਕਲੀਅਰ ਹੋ ਗਿਆ ਹੈ ਨਾਰਥ-ਈਸਟ ਦੇ ਜਿਹੜੇ ਰਾਈਟਸ ਨੇ 6 ਸ਼ੈਡਿਊਲ ਦੇ ਅੰਦਰ ਉਹ ਮੈਂ ਤੁਹਾਨੂੰ ਰਿਵਾਈਜ਼ ਕਰਾਉਂਦੇ ਆਂ ਚੀਤਾ ਵਾਲਾ ਪ੍ਰੋਜੈਕਟ ਜਿਹੜਾ ਹੈਗਾ ਉਹ ਰਿਵਾਈਜ਼ ਕਰਾਤਾ ਹੈ ਅੱਜ ਦਾ ਸੈਸ਼ਨ ਇੱਥੇ ਹੀ ਖਤਮ ਹੁੰਦਾ ਹੈ ਅੱਜ ਹੈ ਮੰਡੇ ਕੱਲ ਟਿਊਜ਼ਡੇ ਨੂੰ 28 ਫ फेब्रुवारी ਦਾ ਆਪਾਂ ਨਿਊਜ਼ਪੇਪਰ ਲੈ ਕੇ ਕੱਲ ਆਪਾਂ ਫੇਰ ਮਿਲਦੇ ਹਾਂ ਸਵੇਰੇ 10 ਵਜੇ ਉਦੋਂ ਤੱਕ ਸਟੇ ਕਨੈਕਟਿਡ ਥੈਂਕ ਯੂ